अपने कोल बुला रहा जिसते चल दे जाना है ओ रस्ता रा दिखा रहा विरसे दिया मैं का मेरे साहा विच रलिया मेरे पिंड दिया गलिया मेरे पिंड दिया गलिया मेरे पिंड दिया गलिया मेरे पिंड दिया गलिया मैं राहां ते नहीं तुरदा मैं तुरदा हां तां राह बणदे युगां तो चलदे आउंदे काफले इसे गल दे गवाह बणदे उदों तक तू साढ़े सीने विच महफूज हैं यारा जदों तक ये जिसम नहीं सड़ के सुआह बणदे पात्र साहब दियां इन्हां लाइनां दी तरह पंजाबी सभ्याचार ते विरसा भी हुण मेरे सीने विच महफूज रहेगा विरसे ते विरासत नूं देखदे होया मैं इन्हां सब दे इन्हां नेड़े हो गया कि अपनी जिंदगी दी किताब दे विच एक होर यादगार पन्ना लिखण जा रहा हाँ। ए याद कहानी शुरू होवेगी पिंड चक कलाल दे सभ्याचार ते विरसे नूं जानण तो हवा नाल हठ खेलियां करदी रेलगड्डी पहुँच गई मित्रा पिंड दे स्टेशन ते बाई जी हाँ जी बाई जी ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਕਿੱਥੇ ਚੱਲੇ ਹੋ ਬਾਈ ਇਹ ਨਾਲੇ ਪਿੰਡ ਚੱਕ ਲਾ ਲਿਆ ਇੱਥੇ ਚੱਲੇ ਆ ਜੀ ਬੱਲੇ ਬਾਈ ਮੈਂ ਵੀ ਉੱਥੇ ਜਾਣਾ ਮੈਨੂੰ ਛੱਡ ਦੂੰਗਾ ਹਾਂਜੀ ਬਾਈ ਜੀ ਆ ਜਾਓ ਬਾਈ ਜੀ ਚਲੋ ਜੀ ਬਾਈ ਜੀ ਉਹ ਸਦਕੇ ਜਾਵਾਂ ਬਾਈ ਮੈਂ ਜਿਹੜੇ ਪਿੰਡ 'ਚ ਵੀ ਜਾਣਾ ਨਾ ਆ ਮਹਿੰਦਰਾ 555 DI ਪਾਵਰ ਪਲੱਸ ਮੈਨੂੰ ਸਭ ਤੋਂ ਪਹਿਲਾਂ ਮਿਲਦਾ ਹੋਵੇ ਕਿਵੇਂ ਨਾ ਬਾਈ ਜੀ ਹਾਂ ਇਹ ਤਾਂ ਕਿਸਾਨਾਂ ਦੀ ਜਾਨ ਆ 57 ਹਾਊਸ ਪਾਵਰ ਅੱਛਾ ਪਾਵਰ ਸਟੀਅਰਿੰਗ ਡੀਜ਼ਲ ਦੀ ਖਪਤ ਬਹੁਤ ਘੱਟ ਗੱਲ ਤੇਰੀ ਸਹੀ ਆ ਚੱਲ ਵੀਰੇ ਚੱਲੀਏ ਫਿਰ ਚੱਕ ਲਾ ਲੈ ਹੈ ਆ ਜਾਓ ਚੱਲੀਏ ਉਹ ਸੁਣੀਆਂ ਗਲੀਆਂ ਪਈਆਂ ਖੰਟਦੀਆਂ ਆ ਜਾਵੇ ਹਿੱਕ ਤਣਕੇ ਸੁਣ ਬੇਮਾਨਾ ਕਾਤੋਂ ਡਰਦਾ ਆ ਜਾ ਮਿਰਜ਼ਾ ਬਣ ਕੇ ਪਿੰਡਾਂ ਦੇ ਸਫ਼ਰ ਵਿੱਚ ਮੇਰਾ ਹਮੇਸ਼ਾ ਤੋਂ ਹੀ ਸਾਥ ਦਿੰਦਾ ਆਇਆ ਹੈ ਮਹਿੰਦਰਾ ਟਰੈਕਟਰ 555 DI ਪਾਵਰ ਪਲੱਸ ਪੰਜਾਬ ਦੇ ਲੋਕ ਬੜੇ ਮਿਲਾਪੜੇ ਪਿਆਰ ਵੰਡਣ ਵਾਲੇ ਹੁੰਦੇ ਹਨ ਟਰੈਕਟਰ ਵਾਲਾ ਬਾਈ ਭਾਵੇਂ ਮੈਨੂੰ ਨਹੀਂ ਜਾਣਦਾ ਸੀ ਪਰ ਇਹ ਐਦਾਂ ਰਚ ਮਿਚ ਗਿਆ ਜਿਵੇਂ ਗੂੜੀ ਸਾਂਝ ਹੋਵੇ ਇਹਦੇ ਨਾਲ ਰੱਬ ਪਿੰਡਾਂ ਵਾਲਿਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ ਸਭ ਤੋਂ ਮਸ਼ਹੂਰ ਜਗ੍ਹਾ ਹੈ ਉਹ ਬਾਬਾ ਮੋੜ ਦਸਤੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਆ ਸ਼ਰਧਾਵਾਨ ਉਹ ਹਰ ਸਾਲ ਆਉਂਦੇ ਆ ਉਸ ਤੋਂ ਇਲਾਵਾ ਬਾਬਾ ਸੁੰਦਰ ਦਾਸ ਦਾ ਧਾਰਮਿਕ ਸਥਾਨ ਵਾ ਜਿੱਥੇ ਬੜੀ ਸ਼ਰਧਾ ਨਾਲ ਲੋਕ ਸਵੇਰੇ ਸ਼ਾਮ ਮੱਥਾ ਟੇਕਣ ਆਉਂਦੇ ਆ ਉਹਦੇ ਨਾਲੇ ਬਾਬਾ ਭੈਰੋਂ ਦਾ ਸਥਾਨ ਵਾ ਉਸ ਤੋਂ ਪਹਿਲਾਂ ਟਕਸਾਲ ਵਿੱਦਿਆ ਦੀ ਹੈਗੀ ਆ ਜਿਹੜੀ ਕਿ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਰਹੀ ਆ ਜਿੱਥੋਂ ਲੋਕ ਪੜ੍ਹ ਕੇ ਚੰਗੇ ਕੰਮ ਵਿੱਚ ਲੱਗੇ ਹੋਏ ਆ ਵਾਹ ਜੀ ਵਾਹ ਮਨੀ ਜੀ ਹਾਂਜੀ ਇਹ ਸਰਪੰਚ ਸਾਹਿਬ ਨੇ ਪਿੰਡ ਦੇ ਬਾਰੇ ਤੁਹਾਨੂੰ ਕਾਫੀ ਕੁਝ ਦੱਸਿਆ ਜੀ ਪਰ ਜ਼ਿਕਰਯੋਗ ਆ ਕਿ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਬਹੁਤ ਵੱਡੀ ਉਪਲਬਧੀ ਆ ਅੱਛਾ ਜੀ ਉਹ ਕਿੱਦਾਂ ਇੱਕ ਤਾਂ ਇਹ ਹੈਗਾ ਕਿ ਤੀਜੀ ਵਾਰੀ ਇਹ ਸਰਪੰਚ ਜਿਹੜੇ ਆ ਚੁਣੇ ਗਏ ਆ ਸਰਪੰਚ ਐਸੋਸੀਏਸ਼ਨ ਜਿਹੜੀ ਬੰਗਿਆ ਦੀ ਆ ਉਹਦੇ ਪ੍ਰੈਜੀਡੈਂਟ ਵੀ ਹੈਗੇ ਤਾਂ ਉਹਦੇ ਚੰਗੇ ਕੰਮਾਂ ਨੂੰ ਦੇਖ ਕੇ ਇਹਨਾਂ ਨੂੰ ਇੱਕ ਤਾਂ ਬੈਸਟ ਸਰਪੰਚ ਦਾ ਜਿਹੜਾ ਪੰਜਾਬ ਸਰਕਾਰ ਦਾ ਅਵਾਰਡ ਵੀ ਮਿਲਿਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇਲੀਟਰੇਸੀ ਅਨਪੜ੍ਹ ਤਾਂ ਇੱਕ ਖਾਸ ਜਿਹੜਾ ਸਾਡਾ ਇੱਕ ਗ੍ਰਹਿਣ ਆ ਉਹਨੂੰ ਦੂਰ ਕਰਨ 'ਚ ਇਹਨਾਂ ਦਾ ਇੰਨਾ ਕੁ ਉਪਰਾਲਾ ਹੈ ਉਹਦੇ 'ਚ ਵੀ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਬੈਸਟ ਅਵਾਰਡ ਜਿਹੜਾ ਮਿਲਿਆ ਸਰਪੰਚ ਸਾਹਿਬ ਤੁਸੀਂ ਮੈਨੂੰ ਕਿਹੜੀ ਕਿਹੜੀ ਜਗ੍ਹਾ ਘੁਮਾਓਗੇ ਹੁਣ ਫਿਰ ਪਿੰਡ 'ਚ ਪਿੰਡ 'ਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹਾਂਜੀ ਲੇਕਿਨ ਉਸ ਤੋਂ ਪਹਿਲਾਂ ਇਹ ਹਰਦੇਵ ਸ਼ੋਕਰ ਨੇ ਜਿਹੜੇ ਕਿ ਦੁਨੀਆ ਦੀ ਸਭ ਤੋਂ ਉੱਚੀ ਸੜਕ 'ਤੇ ਦੋ ਵਾਰ ਜਾ ਚੁੱਕੇ ਆ ਭਾਜੀ ਤੁਸੀਂ ਸ਼ੋਭੇ ਰੋਸ ਤੋਂ ਨਿਕਲੇ ਹੈ ਜੀ
ਤੁਸੀਂ ਆਪਣੇ ਬਾਰੇ ਮੈਨੂੰ ਦੱਸੋ ਬਾਈ ਜੀ। 1992 ਦੇ ਵਿੱਚ ਹਾਂਜੀ ਮੈਨੂੰ ਜਿਹੜਾ ਹੈਗਾ ਲੇਹ ਲਦਾਖ ਦੇ ਨੇੜੇ ਦੁਨੀਆਂ ਦੀ ਸਭ ਤੋਂ ਉੱਚੀ ਸੜਕ ਹੈਗੀ ਜਿਹਨੂੰ ਖੁਰਦੁੰਗਲਾ ਪਾਸ ਕਹਿੰਦੇ ਆ, ਉਹਦੇ ਉੱਪਰ ਸਾਈਕਲ 'ਤੇ ਜਾਣ ਦਾ ਮੌਕਾ ਮਿਲਿਆ। ਬੰਗੇ ਤੋਂ ਬਾਇਆ ਮਨਾਲੀ ਲੇਹ ਤਾਂ ਖੁਰਦੁੰਗਲਾ ਪਾਸ ਦੇ ਉੱਤੇ ਤੁਸੀਂ ਸਾਈਕਲ 'ਤੇ ਗਏ ਨਹੀਂ? ਸਾਈਕਲ 'ਤੇ ਗਿਆ ਜੀ। ਕਿੰਨੇ ਦਿਨ ਲੱਗੇ ਤੁਹਾਨੂੰ ਉੱਥੇ ਪਹੁੰਚਣ? ਪਹੁੰਚਣ ਨੂੰ ਮੈਨੂੰ ਤਕਰੀਬਨ ਜਿਹੜੇ ਸੀਗੇ 18 ਕੁ ਦਿਨ ਲੱਗੇ ਆ, ਤਾਂ ਪੂਰੀ ਜਰਨੀ ਮੇਰੀ ਜਿਹੜੀ ਸੀਗੀ ਉਹ 43 ਦਿਨ ਦੀ ਸੀ। ਫਿਰ ਲੱਤਾਂ ਲੁੱਤਾਂ ਠੀਕ ਰਹੇ ਸਰ? ਨਹੀਂ, ਸਾਈਕਲ ਲੈ ਕੇ ਗਿਆ ਜੀ ਆਪਾਂ ਨੂੰ ਤਾਂ। ਆਪਾਂ ਕੌਣ ਹੁੰਦੇ ਜਾਣ ਵਾਲੇ? ਸਾਈਕਲ ਲੈ ਗਿਆ, ਵਾਹਿਗੁਰੂ ਲੈ ਗਿਆ। ਤੁਸੀਂ ਪੈਡਲ ਤਾਂ ਮਾਰੇ ਹੋਣੇ, ਚਲੋ ਵਾਹਿਗੁਰੂ ਤਾਂ ਹਮੇਸ਼ਾ ਹੀ ਨਾਲ ਰਹਿੰਦਾ ਜੀ। ਫਿਰ ਦੂਜੀ ਵਾਰ ਕਦੋਂ ਗਏ ਜੀ? ਦੂਜੀ ਵਾਰ 1993 ਦੇ ਵਿੱਚ। ਬੇਸਿਕਲੀ ਚੰਡੀਗੜ੍ਹ ਬੋਟ ਸਪੋਰਟਸ ਕਲੱਬ ਦੇ ਜਿਹੜੇ ਜਨਰਲ ਸੈਕਟਰੀ ਸੀ ਜੀ ਗਰਚਾ ਸਾਹਿਬ, ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਅੱਗੇ ਕੀ ਪਲੈਨ ਆ, ਅੱਛਾ ਕੋਈ ਤੁਸੀਂ ਮੋਟਰਸਾਈਕਲ ਲੈ ਜਾਓ। ਮੇਰੇ ਮਨ ਦੇ ਵਿੱਚ ਸੀ ਕਿ ਕੁਛ ਇੱਦਾਂ ਦਾ ਕੰਮ ਕਰੀਏ ਕਿ ਜਿਹੜਾ ਵਧੀਆ ਲੱਗੇ ਜੀ। ਸਾਈਕਲ ਸੀ, ਸਾਈਕਲ ਤੋਂ ਉੱਪਰ ਜਦੋਂ ਉੱਠੇ ਤਾਂ ਮੋਟਰਸਾਈਕਲ ਦੀ ਗੱਲ ਚੱਲੀ। ਮੈਂ ਕਿਹਾ ਕੋਈ ਛੋਟੀ ਗੱਡੀ ਹੈ ਨਹੀਂ, ਕੋਈ 30 ਪਾਵਰ ਦੀ ਹੋਵੇ। ਅੱਛਾ ਜੀ। ਉਹ ਕਹਿੰਦੇ ਵੀ ਸਾਈਕਲ ਨੂੰ ਮੋਟਰ ਲਾ ਦਿੰਦੇ ਆ। ਮੈਂ ਕਿਹਾ ਨਹੀਂ। ਤਾਂ ਫਿਰ ਉਹ ਕਹਿੰਦੇ 60 CC ਮੋਪਿਡ ਲੈ ਕੇ ਜਾਓ, ਉਹਦੇ 'ਚ ਪੈਡਲ ਵੀ ਹੈਗੇ ਆ ਤਾਂ ਇੰਜਨ ਵੀ ਲੱਗਾ ਹੋਇਆ। ਤਾਂ ਫਿਰ ਉਦੋਂ ਮੈਂ 1993 ਦੇ ਵਿੱਚ ਜਿਹੜਾ ਸਤੰਬਰ ਦੇ ਵਿੱਚ ਤਾਂ ਉਹ ਮੋਪਿਡ ਜਿਹੜਾ ਸੀ ਚੰਡੀਗੜ੍ਹ ਤੋਂ ਖੁਰਦੁੰਗਲਾ ਪਾਸ 'ਤੇ ਲੈ ਕੇ ਗਿਆ ਬਾਇਆ ਮਨਾਲੀ ਦੇ। ਭਾਵੇਂ ਇਹ ਪਿੰਡ ਬਹੁਤੇ ਸਾਲ ਪੁਰਾਣਾ ਨਹੀਂ ਹੈ, ਪਰ ਇੱਥੋਂ ਦੇ ਲੋਕਾਂ ਦੇ ਕੰਮਾਂ ਕਰਕੇ ਇਹ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਭਾਰਤ ਵਿੱਚ ਮਸ਼ਹੂਰ ਹੈ। ਪਿੰਡ ਦੀ ਪੰਚਾਇਤ ਅਤੇ ਸਰਪੰਚ ਸਾਹਿਬ ਨੇ ਪਿੰਡ ਦੀ ਤਰੱਕੀ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਇਹ ਪਿੰਡ ਦੂਸਰੇ ਪਿੰਡਾਂ ਲਈ ਰੋਲ ਮਾਡਲ ਬਣਿਆ ਹੋਇਆ ਹੈ। ਚਲੋ ਸਰਪੰਚ ਸਾਹਿਬ, ਹੁਣ ਮੈਨੂੰ ਪਿੰਡ ਦਿਖਾਓ। ਇੱਥੋਂ ਸ਼ੁਰੂਆਤ ਤਾਂ ਮੇਰੀ ਬਹੁਤ ਚੰਗੀ ਹੋ ਗਈ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈ ਜੀ, ਆਓ ਜੀ। ਵੀ ਸਾਨੂੰ ਤੁਸੀਂ ਇਹ ਮੁੱਲ ਦੇ ਦਿਓ। ਉਸ ਵਕਤ ਸੰਤਾਂ ਨੇ 5 ਰੁਪਈਏ ਦੀ ਜਗ੍ਹਾ ਲਈ, ਅਤੇ ਅੱਜ ਇਹ ਡੇਰੇ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਜੁੜੀਆਂ ਨੇ, ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ। ਮੈਂ ਜਦੋਂ ਸਰਪੰਚ ਸਾਹਿਬ ਨੇ ਅੰਦਰ ਆ ਰਿਹਾ ਸੀ ਤਾਂ ਮੈਂ ਦੇਖਿਆ ਕਿ ਇੱਥੇ ਇਮਾਰਤ ਹੈ ਜਿਹੜੀ ਉਹ ਬਿਲਕੁਲ ਗੁਰਦੁਆਰਾ ਸਾਹਿਬ ਵਰਗੀ ਬਣੀ ਹੋਈ ਹੈ। ਇਹਦੀ ਕੋਈ ਖਾਸ ਮਹੱਤਤਾ ਹੈ ਜਾਂ ਕੋਈ? ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ। ਇੱਥੇ ਟਕਸਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਲੈਣ ਵਾਸਤੇ ਆਏ ਸੀਗੇ। ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ। ਵਾਹਿਗੁਰੂ। ਅਤੇ ਉਸ ਬੇਸ 'ਤੇ ਜਾਣੀ ਕਿ ਮਤਲਬ ਇਹ ਜੋ ਢਾਂਚਾ ਬਣਿਆ ਸਤਿਗੁਰੂ ਅਮਰਦਾਸ ਮਹਾਰਾਜ ਸਿਰ 'ਤੇ, ਉਹ ਪੱਗ ਬੰਨੀ ਇੱਕ ਕਿਸਮ ਦੀ ਆਪਾਂ। ਇਹ ਡੇਰਾ ਬਾਬਾ ਅਮਰਦਾਸ ਜੀ ਦਾ ਹੈ। ਭਾਵੇਂ ਉਹ ਸਰੀਰਕ ਪੱਖੋਂ ਅਪਾਹਜ ਸਨ, ਪਰ ਮਾਨਸਿਕ ਤੌਰ 'ਤੇ ਅਧਿਆਤਮਿਕ ਪੱਖੋਂ ਉਹ ਬੜੇ ਬਲਵਾਨ ਸਨ। ਉਹਨਾਂ ਨੂੰ ਜਦੋਂ ਗਿਆਨ ਪ੍ਰਾਪਤ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਨਸਾਨੀਅਤ ਨੂੰ ਸਿੱਧੇ ਰਾਹ ਤੋਰਿਆ ਅਤੇ ਦੁਖੀਆਂ ਅਤੇ ਗਰੀਬਾਂ ਦੀ ਸੇਵਾ ਕੀਤੀ। ਹਰ ਸਾਲ ਇੱਥੇ ਗਰਮੀਆਂ ਅਤੇ ਸਰਦੀਆਂ ਦੇ 2 ਭਾਰੀ ਮੇਲੇ ਲੱਗਦੇ ਹਨ। ਸੰਗਤਾਂ ਬੜੇ ਉਤਸ਼ਾਹ ਨਾਲ ਇਹ ਦਿਨ ਦਿਹਾੜਾ ਮਨਾਉਣ ਆਉਂਦੀਆਂ ਹਨ। ਮੈਂ ਵੀ ਗੁਰੂ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਿਆ ਅਤੇ ਤੁਰ ਪਿਆ ਪਿੰਡ ਵੇਖਣ ਲਈ। ਕਿੱਥੇ ਕਿੱਥੇ ਤੁਹਾਨੂੰ ਅਵਾਰਡਸ ਮਿਲੇ? ਕੀ ਅਵਾਰਡਸ ਮਿਲੇ ਮੈਨੂੰ ਤੁਸੀਂ ਸਾਰੇ? ਅਤੇ ਸਭ ਤੋਂ ਪਹਿਲਾਂ ਮੈਂ ਚੰਡੀਗੜ੍ਹ ਗਈ ਸੀ, ਉੱਥੇ ਮੈਨੂੰ 3rd ਪਲੇਸ ਅਵਾਰਡ ਮਿਲਿਆ ਟੀਮ ਗੇਮ ਦੇ ਵਿੱਚ, ਐਂਡ ਉਸ ਤੋਂ ਬਾਅਦ ਹੈਦਰਾ ਸੋਫਟਬਾਲ ਗੇਮ ਦੇ ਵਿੱਚ ਗੋਲਡ ਮੈਡਲ ਮਿਲਿਆ।
एंड उस तो बाद फिर सोवा यूनिवर्सिटी, रविंद्र यूनिवर्सिटी एंड कटक, दिल्ली, रोहतक, ये सारी यूनिवर्सिटी के बीच मुझे नेशनल और ऑल इंडियन इंटर यूनिवर्सिटी वाले मैडल मिले। भाई जी मैनू लगता जी किसी वी आई पी ने आना, बड़े मुंडे सफाइया कर लगे। नहीं नहीं भाई कोई वी आई पी नहीं आ रहा। हाँ जी ये तो मुंडे जड़े है जिदन छुट्टी होंगी आ। हाँ जी उदन ये सफाई का काम करते है। यार कमाल की गल है भाई जी, मैं पहला पिंड देखा जिथे नौजवान इन्नी मतलब मेहनत नाल इन्नी शिद्दत नाल सफाई करते हैं। मेरे पिंड दियां गलियां, एक मैं गल है दिमाग च आई जी भी बी जी मैं ना काफी पिंडा च देखे है जी जी जिमें आ हुण कणक लोग खेतों चा वढ़दे फिर ये सड़क ते वढ़ के इदां क्यों सुट्टी है। बहुत सारे किसान जिहड़े आ उह मशीनां नाल कटाई करवाउंदे आ, बहुत सारे हत्थां नाल कटाई करदे आ। अच्छा जिहड़े गरीब मजदूर लेडीज आ ਉਹ ਉਸ ਤੋਂ ਬਾਅਦ ਜੇ ਕੋਈ ਛੱਟਾ ਬਚਦਾ ਉਹਨੂੰ ਇਕੱਠਾ ਕਰਦੇ ਆ, ਇਕੱਠਾ ਕਰਕੇ ਉਹ ਸੜਕ 'ਤੇ ਸੁੱਟ ਦਿੰਦੇ ਆ। ਸੁੱਟਾਂ ਦੇ ਨਾਲ ਗੱਡੀਆਂ ਜਦੋਂ ਉੱਪਰ ਦੀ ਲੰਘਦੀਆਂ ਆ ਤਾਂ ਜਿਹੜੇ ਛਿੱਟੇ ਆ ਉਹ ਵੱਖਰੇ ਹੋ ਜਾਂਦੇ ਆ, ਜਿਹੜਾ ਬਾਕੀ ਆ ਰਾਫ ਸਮਾਨ ਜਿਹੜਾ ਹੈਗਾ ਆ ਉਹ ਵੱਖਰਾ ਹੋ ਜਾਂਦਾ। ਇਸ ਕਰਕੇ ਉਹ ਦਾਣੇ ਨਿਕਾਲ ਕੇ ਉਹਨਾਂ ਦਾ ਮਸਲਾ ਹੱਲ ਹੋ ਜਾਂਦਾ। ਸਵਾਲ ਆ ਬਾਈ ਜੀ, ਬਾਈ ਜੀ ਗਲੀਆਂ ਵਾਲੇ ਤਾਂ ਫੱਟੇ ਹੀ ਚੱਕੇ ਪਏ ਆ ਤੁਸੀਂ ਹੈ। ਹਾਂਜੀ ਸਾਡੀ ਡਿਊਟੀ ਬਣਦੀ ਆ। ਹੁਣ ਕਿੱਥੇ ਚੱਲੇ ਬਾਈ ਜੀ? ਹੁਣ ਆਪਾਂ ਰੇਖਾ ਨਾਂ ਦੇ ਲੜਕੀ ਦੇ ਘਰ ਜਾ ਰਹੇ ਹਾਂ ਜਿਹਨੇ ਨੈਸ਼ਨਲ ਲੈਵਲ 'ਤੇ ਬਹੁਤ ਵੱਡੀ ਪ੍ਰਾਪਤੀਆਂ ਕੀਤੀਆਂ ਹੈਗੀਆਂ। ਉਹ ਕੀ ਕਰਦੇ ਨੇ ਮਤਲਬ ਕੀ? ਉਹ ਸੌਫਟਬਾਲ ਦੀ ਜਿਹੜੀ ਖੇਡ ਵਾ ਉਹ ਖੇਡਦੇ, ਜਿਹੜੀ ਸੌਫਟਬਾਲ ਅਮਰੀਕਨ ਖੇਡ ਆ। ਚਲੋ ਫਿਰ ਚੱਲੀਏ ਬਾਈ ਜੀ ਦੇਖਣ ਹੈ। ਰੇਖਾ ਹਾਂਜੀ ਅੱਛਾ ਜੀ ਇਹ ਮਨੀ ਜੀ ਆ, ਤੁਹਾਡੇ ਬਾਰੇ ਇਹਨਾਂ ਨੂੰ ਦੱਸਿਆ ਤੇ ਤੁਸੀਂ ਆਪਣੀ ਜਿਹੜੀ ਗੱਲ ਨਾਲ ਸਾਂਝੀ ਕਰੋ ਕੀ ਤੁਹਾਡੀਆਂ ਪ੍ਰਾਪਤੀਆਂ ਆ, ਕੀ ਤੁਹਾਡੀ ਅਚੀਵਮੈਂਟ ਆ। ਇੱਥੇ ਬੈਠੇ ਜੀ, ਕੋਲੇ ਬੈਠੋ। ਹਾਂਜੀ ਸਰਪੰਚ ਸਾਹਿਬ ਤੁਸੀਂ ਵੀ ਬਹਿ ਜਾਓ ਮੰਜਾ ਪਿਆ। ਠੀਕ ਆ ਜੀ ਠੀਕ। ਮੇਰਾ ਨਾਂ ਜੀ ਮਨੀ ਹੈ ਜਿਵੇਂ ਬਾਈ ਨੇ ਤੁਹਾਨੂੰ ਦੱਸਿਆ। ਤੁਸੀਂ ਮੈਨੂੰ ਆਪਣੇ ਬਾਰੇ ਕੁਛ ਦੱਸੋ, ਆਪਣੀ ਲਾਈਫ ਬਾਰੇ ਕੁਛ ਦੱਸੋ ਵੀ ਤੁਸੀਂ ਕਿੱਦਾਂ ਸ਼ੁਰੂਆਤ ਕੀਤੀ, ਕਦੋਂ ਸ਼ੁਰੂਆਤ ਕੀਤੀ? ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀਗਾ ਪਹਿਲਾਂ ਤੋਂ ਹੀ ਤੇ ਪਹਿਲਾਂ ਮੈਂ ਸਕੂਲ ਟਾਈਮ ਖੋ ਖੋ ਕੀਤੀ, ਐਥਲੈਟਿਕ ਕੀਤੀ। ਪਲੱਸ ਟੂ ਤੋਂ ਬਾਅਦ ਹਾਈ ਲੈਵਲ ਦੀ ਪੜ੍ਹਾਈ ਲਈ ਮੈਂ ਜਲੰਧਰ HMB ਕਾਲਜ ਗਈ। ਉੱਥੇ ਮੇਰੀ ਸਿਸਟਰ ਸੀ ਤੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਕਿਉਂਕਿ ਜਿੰਨੀ ਵੀ ਮੈਂ ਸਟੱਡੀ ਕੀਤੀ ਆ ਉਹਨਾਂ ਦੇ ਬੇਸ 'ਤੇ ਕੀਤੀ ਆ। ਕੋਚ ਦੇ ਨਾਲ ਨਾਲ ਉਹ ਸੈਕਿੰਡ ਕੋਚ ਰਹੇ ਆ ਮੇਰਾ, ਉਹ ਖੁਦ 5 ਟਾਈਮ ਨੈਸ਼ਨਲ ਨੂੰ ਰੀਪ੍ਰੈਜੈਂਟ ਕਰ ਚੁੱਕੇ ਪੰਜਾਬ ਨੂੰ ਔਰ ਕੈਪਟਨ ਰਹੇ ਆ। ਉਹਨਾਂ ਦਾ ਹਾਰਡ ਲੱਕ ਇਹ ਸੀ ਕਿ ਉਹ ਇੰਟਰਨੈਸ਼ਨਲ ਕੈਂਪ ਲਈ ਸਿਲੈਕਸ਼ਨ ਹੋਈ ਸੀ, ਬਟ ਕਹਿੰਦੇ ਕਿ ਹਰ ਘਰ ਦੀ ਆਪਣੀ ਆਪਣੀ ਕੋਈ ਕੰਡੀਸ਼ਨ ਹੁੰਦੀ ਆ ਤੇ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਸੀ, ਅਸੀਂ 6 ਭੈਣ ਭਰਾ ਪੜ੍ਹਨ ਵਾਲੇ ਸੀਗੇ ਤੇ ਫਿਰ ਇੰਨਾ ਖਰਚਾ ਨਹੀਂ ਕਿ ਸਾਡੇ 'ਤੇ ਸਾਰਾ ਖਰਚ ਕਰਦੇ, ਕਿਉਂਕਿ ਦੂਜੇ ਭੈਣ ਭਰਾ ਵੀ ਸੀਗੇ। ਫਿਰ ਉਹਨਾਂ ਲਈ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹਨੂੰ ਸਕਿੱਪ ਕਰ ਦਿੱਤਾ ਔਰ ਜਿੰਨਾ ਤੱਕ ਉਹਨਾਂ ਨੇ ਖੇਡਿਆ ਆਪਣੀ ਸਟੱਡੀ ਕੀਤੀ। ਉਸ ਤੋਂ ਬਾਅਦ ਫਿਰ ਮੈਂ ਆਪਣੀ ਹਾਰਡਵਰਕ ਕੀਤਾ ਔਰ ਮੈਂ ਫਿਰ ਆਲ ਇੰਡੀਆ ਲਈ ਸਿਲੈਕਟ ਹੋਈ, ਜਿੱਥੇ GND ਨੂੰ ਰੀਪ੍ਰੈਜੈਂਟ ਕੀਤਾ ਮੈਂ ਔਰ ਚੰਡੀਗੜ੍ਹ ਹੋਈ ਸੀ, ਉੱਥੇ ਸਾਡੀ ਪਲੇਸ ਆਈ। ਉਸ ਤੋਂ ਬਾਅਦ ਹੌਲੀ ਹੌਲੀ ਸਟੈਪ ਬਾਏ ਸਟੈਪ ਮੈਂ ਅੱਗੇ ਚੱਲਦੀ ਗਈ, ਫਿਰ ਨੈਸ਼ਨਲ ਲਈ ਸਿਲੈਕਸ਼ਨ, ਫਿਰ ਫੈਡਰੇਸ਼ਨ ਲਈ ਸਿਲੈਕਸ਼ਨ, ਫਿਰ ਨੌਰਥ ਜੋਨ ਲਈ। 3-4 ਸਾਲ ਬਾਅਦ ਮੇਰਾ ਵੀ ਨਾਮ ਕੈਂਪ ਵਿੱਚ ਆ ਗਿਆ ਇੰਟਰਨੈਸ਼ਨਲ ਦੇ ਵਿੱਚ, ਬਟ ਫਿਰ ਉਹੀ ਕੰਮ ਉੱਥੇ ਵੀ ਉਹੀ ਗੱਲ ਆਈ, ਕਿਉਂਕਿ ਮੇਰੇ ਪਾਪਾ ਐਜ਼ ਏ ਲੇਬਰਰ ਕੰਮ ਕਰਦੇ ਸੀਗੇ। ਉਸ ਤੋਂ ਬਾਅਦ ਫਿਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆ, ਉੱਥੇ ਇਹ ਸਕਾਲਰਸ਼ਿਪ ਸਕੀਮ ਸੀ ਕਿ ਜਿਹੜਾ ਤੁਹਾਡੇ ਕੋਲ ਨੈਸ਼ਨਲ ਪਲੇਅਰ ਆ ਔਰ ਜਿਹਦੀ ਪਲੇਸ ਆ ਤੁਹਾਨੂੰ ਫੈਸਿਲਿਟੀ ਵੀ ਦਿੱਤੀ ਜਾਊਗੀ ਔਰ ਈਵਨ ਤੱਕ ਤੁਹਾਡੀ ਸਟੱਡੀ ਵੀ ਫ੍ਰੀ ਹੋਊਗੀ। ਫਿਰ ਮੈਂ ਉੱਥੇ ਅਪਲਾਈ ਕੀਤਾ ਔਰ ਉਸ ਤੋਂ ਬਾਅਦ ਫਿਰ ਮੇਰੀ ਉੱਥੇ ਵੀ ਸਿਲੈਕਸ਼ਨ ਹੋ ਗਈ। ਮੈਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਆ ਔਰ ਨਾਲ ਨਾਲ ਮੈਂ ਆਪਣੀ ਜੋਬ ਵੀ ਕਰਦੀ ਹਾਂ ਐਜ਼ ਏ ਸਪੋਰਟਸ ਟੀਚਰ। ਅੱਛਾ ਤੁਸੀਂ ਮੈਨੂੰ ਆਪਣੀ ਸਟੱਡੀ ਬਾਰੇ ਦੱਸੋ, ਤੁਸੀਂ ਕਿੱਥੋਂ ਸਟਾਰਟ ਕੀਤੀ, ਕਿੱਥੇ ਕਿੱਥੇ ਤੁਸੀਂ ਪਲੇ ਕੀਤਾ, ਕਿੱਥੇ ਕਿੱਥੇ ਤੁਹਾਨੂੰ ਅਵਾਰਡਸ ਮਿਲੇ, ਕੀ ਅਵਾਰਡਸ ਮਿਲੇ ਉਹ ਮੈਨੂੰ ਤੁਸੀਂ ਸਾਰਾ। ਜਦੋਂ ਮੈਂ ਆਪਣਾ ਪਲੇਅਰ ਕੈਰੀਅਰ ਮੈਂ ਸ਼ੁਰੂ ਕੀਤਾ ਸੀ 2009 ਦੇ ਵਿੱਚ, ਅਤੇ ਸਭ ਤੋਂ ਪਹਿਲਾਂ ਮੈਂ ਚੰਡੀਗੜ੍ਹ ਗਈ ਸੀ, ਉੱਥੇ ਮੈਨੂੰ 3rd ਪਲੇਸ ਅਵਾਰਡ ਮਿਲਿਆ ਟੀਮ ਗੇਮ ਦੇ ਵਿੱਚ, ਐਂਡ ਉਸ ਤੋਂ ਬਾਅਦ ਹੈਦਰਾ ਸੌਫਟਬਾਲ ਗੇਮ ਦੇ ਵਿੱਚ ਗੋਲਡ ਮੈਡਲ ਮਿਲਿਆ, ਐਂਡ ਉਸ ਤੋਂ ਬਾਅਦ ਫਿਰ ਮੇਰੀ ਚੰਡੀਗੜ੍ਹ ਨੈਸ਼ਨਲ ਹੋਈ ਆ, ਉੱਥੇ ਮੈਨੂੰ ਗੋਲਡ ਮੈਡਲਿਸਟ ਐਜ਼ ਏ ਟੀਮ ਗੇਮ ਮਿਲਿਆ। ਸੋਵਾ ਯੂਨੀਵਰਸਿਟੀ, ਰਵਿੰਦਰ ਯੂਨੀਵਰਸਿਟੀ ਐਂਡ ਕਟਕ, ਦਿੱਲੀ, ਰੋਹਤਕ, ਇਹ ਸਾਰੀ ਯੂਨੀਵਰਸਿਟੀ ਦੇ ਵਿੱਚ ਮਤਲਬ ਨੈਸ਼ਨਲ ਔਰ ਆਲ ਇੰਡੀਅਨ ਇੰਟਰ ਯੂਨੀਵਰਸਿਟੀ ਵਾਲੇ ਮੈਡਲ ਮਿਲੇ। ਜਿੱਦਾਂ ਹੁਣ ਤੁਸੀਂ ਘਰ ਦਾ ਕੰਮ ਵੀ ਕਰ ਰਹੇ ਹੋ, ਹਾਂਜੀ ਹਾਂਜੀ, ਤੇ ਜੋਬ ਵੀ ਕਰ ਰਹੇ ਹੋ, ਕੀ ਹਜੇ ਵੀ ਤੁਸੀਂ ਪ੍ਰੈਕਟਿਸ ਕਰਦੇ ਹੋ? ਨਹੀਂ ਸਰ, ਮੈਂ ਪ੍ਰੈਕਟਿਸ ਕਰਦੀ ਹਾਂ ਸਕੂਲ ਜਦੋਂ ਬੱਚਿਆਂ ਨੂੰ ਕਰਵਾਉਂਦੀ ਹਾਂ, ਕਿਉਂਕਿ ਘਰ ਆ ਕੇ ਤਾਂ ਟਾਈਮ ਬਿਲਕੁਲ ਵੀ ਨਹੀਂ ਮਿਲਦਾ, ਜੋਬ ਤੋਂ ਆਉਂਦੇ ਫਿਰ ਘਰ ਦਾ ਕੰਮ ਵੀ ਕਰਨਾ ਹੁੰਦਾ ਆ ਜੀ। ਈਵਨ ਤੱਕ ਮੈਂ ਟਿਊਸ਼ਨ ਦੇ ਬੱਚੇ ਵੀ ਰੱਖੇ ਹੋਏ ਆ, ਟਿਊਸ਼ਨ ਵੀ ਕਰਵਾਉਣੀ ਹੁੰਦੀ ਆ, ਕਿਉਂਕਿ ਜੇ ਉਹ ਆਪਾਂ ਫੇਸ ਕੀਤਾ ਅਸੀਂ ਨਹੀਂ ਚਾਹੁੰਦੇ ਸਾਡੇ ਭਾਈ ਭੈਣ ਵੀ ਫੇਸ ਕਰਨ।
कुड़िए किस्मत पुड़िए तेनू इन्ना प्यार दें अपने हिस्से दी दुनिया मैं तेथों वार दें धी जम्मी ते मापे कहन पराई है तीए सहरे घर विच कहन बगानी जाई है तीए केड़े घर दी आखां तेनू की सत्कार दें अपने हिस्से दी दुनिया मैं तेथों वार दें। अज पंजाब दियां तियां पढ़ लिख के समाज के हरेक पक्ष विच अपना अहम योगदान पा रही हैं। कहिंदे हन जदों एक धी तरक्की करती है तो उस नाल उस दे परिवार दियां सत कुल्लां तरक्की करदियां हन। रब करे ये तियां समाज ते वेड़ियां नूं हमेशा रुशनाउंदियां रहन। ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਬਾਰੇ ਜਾਣ ਕੇ ਤੇ ਹੁਣ ਮੈਂ ਇਜਾਜ਼ਤ ਲੈਣਾ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਸਰਪੰਚ ਸਾਹਿਬ ਆਓ ਜੀ ਭਾਜੀ ਇਹਨਾਂ ਵਧੀਆ ਬਣਾਇਆ ਭਾਜੀ ਤੁਸੀਂ ਪਿੰਡ ਰੀਝ ਲਾਈ ਪਈ ਹੈ ਹਾਂਜੀ ਹਾਂਜੀ ਬਾਈ ਜੀ ਮੈਨੂੰ ਲੱਗਦਾ ਜੀ ਕਿਸੇ ਵੀ ਆਈ ਪੀ ਨੇ ਆਉਣਾ ਬੜੇ ਮੁੰਡੇ ਸਫਾਈਆਂ ਕਰਨ ਲੱਗੇ ਨਹੀਂ ਨਹੀਂ ਭਾਈ ਕੋਈ ਵੀ ਆਈ ਪੀ ਨਹੀਂ ਆ ਰਿਹਾ ਹਾਂਜੀ ਇਹ ਤਾਂ ਮੁੰਡੇ ਜਿਹੜੇ ਹੈਗੇ ਆ ਜਿੱਦਣ ਛੁੱਟੀ ਹੁੰਦੀ ਆ ਹਾਂਜੀ ਉੱਦਣ ਇਹ ਸਫਾਈ ਦਾ ਕੰਮ ਕਰਦੇ ਹੈਗੇ ਆ ਯਾਰ ਕਮਾਲ ਦੀ ਗੱਲ ਹੈ ਬਾਈ ਜੀ ਮੈਂ ਪਹਿਲਾ ਪਿੰਡ ਦੇਖਿਆ ਜਿੱਥੇ ਨੌਜਵਾਨ ਇੰਨੀ ਮਤਲਬ ਮਿਹਨਤ ਨਾਲ ਇੰਨੀ ਸ਼ਿੱਦਤ ਨਾਲ ਸਫਾਈ ਕਰਦੇ ਨੇ ਹੈ ਵੀਰੇ ਕੀ ਹਾਲ ਹੈ ਬਾਈ ਮੇਰਾ ਨਾਮ ਮਨੀ ਹੈ ਵੀਰੇ ਮੈਂ ਤੁਹਾਡਾ ਪਿੰਡ ਘੁੰਮਣ ਆਇਆ ਇਹ ਫਿਰ ਵੀ ਤੁਸੀਂ ਕਿਵੇਂ ਸੋਚਿਆ ਵੀ ਅਸੀਂ ਆਪਣੇ ਪਿੰਡ ਦੀ ਸਫਾਈ ਕਰਨੀ ਹੈ ਯਾਰ ਅਸੀਂ ਜਿਹੜਾ ਹੈਗਾ ਸਾਡੇ ਪਿੰਡ ਦੇ ਪ੍ਰਧਾਨ ਸਾਹਿਬ ਰਿੰਪਲ ਕੁਮਾਰ ਜੀ ਵਾਹ ਰਿੰਪਲ ਬਾਈ ਜੀ ਤੁਸੀਂ ਵੀ ਆਈ ਜਾਓ ਇੱਧਰ ਫਿਰ ਕੀ ਹਾਲ ਹੈ ਬਾਈ ਜੀ ਠੀਕ ਹੋ ਬਹੁਤ ਵਧੀਆ ਭਾਈ ਜੀ ਸੁਣਾਓ ਵਾਹ ਜੀ ਵਾਹ ਫਿਰ ਤੁਸੀਂ ਕਿੰਨੇ ਜਣੇ ਹੋ ਟੋਟਲ ਭਾਅ ਜੀ ਅਸੀਂ 11-12 ਟੋਟਲ ਹੈਗੇ ਹਾਂ ਸਾਰੇ ਜਿਹੜੇ ਕੰਮ ਕਰਦੇ ਹੈਗੇ ਹਾਂ ਅੱਛਾ ਅਤੇ ਮਹੀਨੇ ਦੇ ਦੂਜੇ ਦੇ ਚੌਥੇ ਐਤਵਾਰ ਜਿਹੜਾ ਅਸੀਂ ਸਫਾਈ ਕਰਦੇ ਹਾਂ ਫਿਰ ਵੀਰੇ ਤੁਸੀਂ ਕੋਈ ਜੋਬ ਵਗੈਰਾ ਵੀ ਕਰਦੇ ਹੋ ਮੈਂ ਐਜ਼ ਏ ਟੀਚਰ ਹਾਂ ਬੱਲੇ ਲੱਗਦੇ ਨਹੀਂ ਟੀਚਰ ਅਜੇ ਪੜ੍ਹਨ ਵਾਲੀ ਉਮਰ ਲੱਗਦੀ ਹੈ ਵੀਰੇ ਸਾਰੇ ਭਾਅ ਜੀ ਇਹੀ ਕਹਿੰਦੇ ਜਦੋਂ ਤੋਂ ਨੌਜਵਾਨ ਪੜ੍ਹ ਲਿਖ ਕੇ ਪਿੰਡਾਂ ਦੀਆਂ ਵਾਗ ਡੋਰਾਂ ਸਾਂਭਣ ਲੱਗ ਪਏ ਹਨ ਉਹਨਾਂ ਨੇ ਪਿੰਡਾਂ ਦੀਆਂ ਨੁਹਾਰਾਂ ਹੀ ਬਦਲ ਕੇ ਰੱਖ ਦਿੱਤੀਆਂ ਹਨ ਸਦਕੇ ਜਾਵਾਂ ਇਹਨਾਂ ਨੌਜਵਾਨਾਂ ਤੋਂ ਜੋ ਆਪਣੇ ਨਿੱਜੀ ਕੰਮਾਂ ਤੋਂ ਵਿਹਲ ਕੱਢ ਕੇ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਨਹੀਂ ਭੁੱਲਦੇ ਰੱਬ ਕਰੇ ਇਹ ਨੌਜਵਾਨ ਇੱਦਾਂ ਹੀ ਪਿੰਡਾਂ ਦੀਆਂ ਤਰੱਕੀਆਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿਣ ਵੀਰੇ ਜੇ ਤੁਹਾਡੇ ਵਰਗੇ ਨੌਜਵਾਨ ਹਰ ਪਿੰਡ 'ਚ ਹੋਣ ਨਾ ਤਾਂ ਮੈਂ ਕਹਿੰਦਾ ਨੁਹਾਰਾਂ ਹੀ ਬਦਲ ਜਾਣ ਪਿੰਡਾਂ ਦੀਆਂ ਸਵਾਦ ਆ ਗਿਆ ਚੰਗਾ ਵੀਰੇ ਮਿਲਦੇ ਚੰਗਾ ਜੀ ਰਿੰਪਲ ਜੀ ਸਤਿ ਸ਼੍ਰੀ ਅਕਾਲ ਆਓ ਜੀ ਬਾਈ ਜੀ ਚੱਲੀਏ ਵਾਹ ਜੀ ਵਾਹ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਸੈਂਕੜੇ ਮਹਾਤਮਾ ਜਿਹੜੇ ਸੀਗੇ ਜੀ ਉਹ ਇੱਕੋ ਸਮੇਂ ਜਿਹੜਾ ਸੀ ਉਹ ਗੁਰਬਾਣੀ ਦੀ ਟਕਸਾਲ ਦੀ ਜਿਹੜੀ ਵਿੱਦਿਆ ਲੈਂਦੇ ਸੀਗੇ ਔਰ ਇੱਕ ਇੱਕ ਪੰਕਤੀ ਦੇ ਉੱਤੇ ਕਈ ਵਾਰ ਹਫ਼ਤਾ ਹਫ਼ਤਾ ਲਾ ਦਿੰਦੇ ਸੀਗੇ ਉਹਦਾ ਅਰਥ ਕਰਨ ਦੇ ਲਈ ਭਾਅ ਜੀ ਮੈਂ ਰੱਸਾ ਕੱਸੀ ਦਾ ਬਹੁਤ ਦੇਖੀ ਹੈ ਹਾਂਜੀ ਪਰ ਆ ਜਿਹੜੀ ਬਜ਼ੁਰਗਾਂ ਦੀ ਫੌਜ ਤਿਆਰ ਕਰੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਦੇ ਨੌਜਵਾਨ ਨੂੰ ਮੋਟੀਵੇਸ਼ਨ ਦੀ ਲੋੜ ਹੈ ਬਿਲਕੁਲ ਅਤੇ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਆਪਣੇ ਜਿਹੜੇ ਸਾਡੇ ਬਜ਼ੁਰਗ ਹੈ ਇਹਨਾਂ ਤੋਂ ਸੇਧਾਂ ਲਈਏ ਮੇਰੇ ਪਿੰਡ ਦੀਆਂ ਗਲੀਆਂ ਮੇਰੇ ਪਿੰਡ ਦੀਆਂ ਗਲੀਆਂ ਬਾਈ ਜੀ ਆਪਾਂ ਕਿੱਥੇ ਆ ਗਏ ਹੁਣ ਇਹ ਹੁਣ ਆਪਾਂ ਆਏ ਜੀ ਬਿੱਦਾਂ ਦੀ ਟਕਸਾਲ ਵਾਲੇ ਥਾਂ ਅੱਛਾ ਜੀ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸਾਧੂ ਸੰਤ ਇਲਾਕੇ ਪਰਦੇ ਵਿੱਦਿਆ ਪੜ੍ਹਨ ਆਉਂਦੇ ਸੀਗੇ ਜਿੱਦਾਂ ਪਿੱਛੇ ਆਪਾਂ ਗੁਰਦੁਆਰਾ ਸਾਹਿਬ ਦੇਖੇ ਆ ਸੰਤ ਅਮਰਦਾਸ ਜੀ ਉਹ ਇੱਥੋਂ ਹੀ ਇਹ ਟਕਸਾਲ ਜਿਹੜੀ ਗੁਰਬਾਣੀ ਦੀ ਟਕਸਾਲ ਜਿਹੜੀ ਉਹ ਦੱਸ ਰਹੇ ਹਾਂਜੀ ਹਾਂਜੀ ਗੁਰਬਾਣੀ ਦੀ ਟਕਸਾਲ ਉਹੀ ਟਕਸਾਲ ਹੈ ਜੀ ਘਰ ਵਾਲੇ ਉਹ ਕੋਈ ਘਰ ਹੈ ਸਾਡੇ ਕੋਲ ਅੱਜ ਮਨੀ ਜੀ ਆਏ ਆ ਵੈਲਕਮ ਸਰ ਇਸ ਵਿੱਦਿਆ ਦੀ ਟਕਸਾਲ ਬਾਰੇ ਜਾਣਨ ਲਈ ਪਲੀਜ਼ ਇਹਨਾਂ ਨੂੰ ਦੱਸੋ ਵਿੱਦਿਆ ਟਕਸਾਲ ਦਾ ਕੀ ਇਤਿਹਾਸ ਹੈ ਸਰ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਜੀ ਇਹ ਸੈਂਕੜੇ ਸਾਲ ਪੁਰਾਣੀ ਬਿਲਡਿੰਗ ਹੈ ਜੀ ਔਰ ਅੱਜ ਤੋਂ 100 ਸਾਲ ਤੋਂ ਵੀ ਕਾਫੀ ਵਰੇ ਉੱਪਰ ਇੱਕ ਮਹਾਤਮਾ ਸੰਤ ਪਰਾਗਦਾਸ ਜੀ ਅੱਛਾ ਜੀ ਕੰਛੀ ਬਨਾਰਸ ਤੋਂ ਪੜ੍ਹ ਕੇ ਆਏ ਸੀ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਗੁਰਬਾਣੀ ਦੀ ਟਕਸਾਲ ਖੋਲ੍ਹੀ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਸੈਂਕੜੇ ਮਹਾਤਮਾ ਜਿਹੜੇ ਸੀਗੇ ਜੀ ਉਹ ਇੱਕੋ ਸਮੇਂ ਜਿਹੜਾ ਸੀ ਉਹ ਗੁਰਬਾਣੀ ਦੀ ਟਕਸਾਲ ਦੀ ਜਿਹੜੀ ਵਿੱਦਿਆ ਲੈਂਦੇ ਸੀਗੇ ਔਰ ਇੱਕ ਇੱਕ ਪੰਕਤੀ ਦੇ ਉੱਤੇ ਕਈ ਵਾਰ ਹਫ਼ਤਾ ਹਫ਼ਤਾ ਲਾ ਦਿੰਦੇ ਸੀਗੇ ਉਹਦਾ ਅਰਥ ਕਰਨ ਦੇ ਲਈ ਔਰ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਜਦੋਂ ਸੰਤ ਮਹਾਤਮਾ ਬਾਹਰ ਜੰਗਲ ਜਾਂਦੇ ਸੀ ਅਤੇ ਉਹਨਾਂ ਨੂੰ ਕੋਈ ਗੱਲ ਸਮਝ ਨਾ ਆਵੇ ਤਾਂ ਪਿੰਡ ਦੀਆਂ ਬੀਬੀਆਂ ਨੂੰ ਇੰਨੀ ਮਹਾਰਤ ਹਾਸਲ ਸੀ ਕਿ ਉਹ ਖੁਦ ਦੱਸ ਦਿੰਦੀਆਂ ਸੀ ਕਿ ਇਸ ਸ਼ਬਦ ਦਾ ਇਹ ਅਰਥ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸੰਤ ਮਹਾਤਮਾ ਜਿਹੜੇ ਹੈਗੇ ਆ ਉਹ ਇਸ ਜਗ੍ਹਾ ਤੋਂ ਪੜ੍ਹ ਕੇ ਗਏ ਆ ਦੱਸ ਸਕਦੇ ਹੋ ਕਿਹੜੇ ਕਿਹੜੇ ਸੰਤ ਮਹਾਤਮਾ ਜਿਹੜੇ ਇੱਥੋਂ ਵਿੱਦਿਆ ਲੈ ਕੇ ਹਾਂਜੀ ਹਾਂਜੀ ਨਗਰ ਵਾਲੇ ਸੰਤ ਦਰਸ਼ਨ ਦਾਸ ਜੀ ਔਰ ਉਹਨਾਂ ਤੋਂ ਬਾਅਦ ਸੰਤ ਗੋਬਿੰਦ ਦਾਸ ਜੀ ਫਗਵਾੜਾ ਵਾਲੇ ਅੱਛਾ ਜੀ ਜਿਹੜੇ ਖੁਦ ਇਸ ਟਕਸਾਲ ਦੇ ਵਿਚਾਰ ਆਉਂਦੇ ਰਹੇ ਆ ਔਰ
ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਆਪਣੇ ਸੇਵਕ 108 ਬ੍ਰਹਮ ਗਿਆਨੀ ਸੰਤ ਬਾਬਾ ਅਮਰਦਾਸ ਜੀ ਉਹਨਾਂ ਨੂੰ ਪੜ੍ਹਨ ਲਈ ਭੇਜਿਆ। ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਪੜ੍ਹਨ ਤੋਂ ਬਾਅਦ ਪਿੰਡ ਦੇ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਸੀ ਧਰਤੀ ਦੇ ਉੱਤੇ ਮਿੱਟੀ ਵਿਛਾ ਕੇ ਉਹਨਾਂ ਨੇ ਉਂਗਲੀ ਦੇ ਨਾਲ ਜਿਹੜਾ ਸੀ ਉਹਨਾਂ ਤੋਂ ਲਿਖਾਉਣਾ। ਔਰ ਜਦੋਂ ਉਹਨਾਂ ਨੇ ਕੋਈ ਗਲਤੀ ਕਰਨੀ ਤਾਂ ਉਂਗਲੀ ਨੂੰ ਇਸ ਢੰਗ ਦੇ ਨਾਲ ਰਗੜਨਾ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਮੈਨੂੰ ਸਜ਼ਾ ਮਿਲ ਰਹੀ। ਅਤੇ ਇਸ ਢੰਗ ਦੇ ਨਾਲ ਜਿਹੜਾ ਵਿੱਦਿਆ ਦੀ ਰੋਸ਼ਨੀ ਜਿਹੜੀ ਆ ਉਹ ਇਸ ਜਗ੍ਹਾ ਦੇ ਵਿੱਚੋਂ ਪਨਪੀ ਹੈ, ਨਿਕਲੀ ਹੈ। ਹਾਂਜੀ, ਇਹਦੇ ਬਾਰੇ ਕੋਈ ਹੋਰ ਚੀਜ਼ ਹੋਵੇ ਜਿਹੜੀ ਮੈਨੂੰ ਨਾ ਤੁਸੀਂ ਹਜੇ ਤੱਕ ਦੱਸੀ ਹੋਵੇ? ਆਪਾਂ ਦੇਖਾਂਗੇ ਇੱਕ ਖੂਹ ਹੈ ਇੱਥੇ। ਅੱਛਾ ਜੀ। ਖੂਹ ਜਿਹੜਾ ਹੈ ਉਹ ਅੱਧਾ ਛੱਤਿਆ ਹੋਇਆ। ਅੱਛਾ ਜੀ। ਅੱਧਾ ਜਿਹੜਾ ਹੈਗਾ ਉਹ ਅੰਦਰਲੇ ਪਾਸੇ ਆ, ਅੱਧਾ ਬਾਹਰ ਗਲੀ ਵਾਲੇ ਪਾਸੇ ਆ। ਇਹਦਾ ਸੀਗਾ ਕਿ ਜਿਹੜੇ ਸੰਤ ਮਹਾਤਮਾ ਅੰਦਰ ਪੜ੍ਹਦੇ ਸੀਗੇ ਜੀ, ਉਹਨਾਂ ਨੂੰ ਜ਼ਿਆਦਾ ਟਾਈਮ ਵੇਸਟ ਨਾ ਕਰਨਾ ਪਵੇ, ਬਾਹਰ ਨਾ ਜਾਣਾ ਪਵੇ, ਉਹ ਅੰਦਰਲੇ ਪਾਸਿਓਂ ਪਾਣੀ ਜਿਹੜਾ ਸੀ ਉਹ ਕੱਢ ਕੇ ਆਪਣਾ ਯੂਜ਼ ਕਰਦੇ ਸੀ। ਬਾਹਰ ਦੇ ਲੋਕਾਂ ਨੂੰ ਚਾਹੀਦਾ ਸੀ ਪਾਣੀ ਅਤੇ ਉਹ ਗਲੀ ਦੇ ਵਿੱਚ ਜਿਹੜਾ ਪੋਰਸ਼ਨ ਸੀਗਾ ਉਹਦੇ ਵਿੱਚ ਉਹ ਕੱਢ ਕੇ ਉਹ ਆਪਣਾ ਵਰਤੋਂ ਕਰਦੇ ਸੀ ਪਾਣੀ ਦੀ। ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਇੱਕ ਵਾਰੀ ਘੁੰਮ ਕੇ ਵੇਖ ਲਵਾਂ। ਬਿਲਕੁਲ ਜੀ ਬਿਲਕੁਲ। ਗੁਰੂ ਬਾਣੀ ਦੀ ਇਹ ਟਕਸਾਲ ਭਾਵੇਂ ਕਿੰਨੀ ਵੀ ਪੁਰਾਣੀ ਹੋਵੇ ਪਰ ਅੱਜ ਵੀ ਇੱਥੇ ਗੁਰੂ ਬਾਣੀ ਦੇ ਸ਼ਬਦਾਂ ਦਾ ਸਕੂਨ ਮਿਲਦਾ ਹੈ। ਕਦੇ ਇੱਥੇ ਬਾਬਾ ਅਮਰਦਾਸ ਜੀ ਬ੍ਰਹਮ ਗਿਆਨੀ ਬੱਚਿਆਂ ਨੂੰ ਪੰਜਾਬੀ ਅਤੇ ਗੁਰਮੁਖੀ ਪੜ੍ਹਾਇਆ ਕਰਦੇ ਸਨ। ਗੁਰੂ ਬਾਣੀ ਦੀ ਸ਼ਕਤੀ ਸਦਕਾ ਇਹ ਪੁਰਾਣੀ ਹਵੇਲੀ ਅੱਜ ਵੀ ਕਾਇਮ ਖੜ੍ਹੀ ਹੈ। ਆਪਣੀ ਕੋਈ ਗੀਤ ਵੀ ਰਿਕਾਰਡ ਕਰਾਏ? ਕੈਸਟਾਂ ਵੀ ਆਈਆਂ? ਹਾਂਜੀ, ਕੈਸਟ ਆਈਆਂ। ਕੌਮ ਦੇ ਮਸੀਹਾ ਗੁਰੂ ਰਵਿਦਾਸ ਮਹਾਰਾਜ ਦੇ, ਡਾਕਟਰ ਭੀਮ ਰਾਓ ਅੰਬੇਡਕਰ ਦੇ ਗੀਤ ਆਏ ਆ। ਸੋਚਣ ਮਾਣੀ ਟੇਪ ਕੱਢੀ ਹੈਗੀ ਆ, ਯੂਕੇ ਵਿੱਚ ਰਿਲੀਜ਼ ਹੋਈ ਹੈਗੀ ਆ। ਅੱਛਾ। ਡਿਊਟ ਕੈਸਟਾਂ ਵੀ ਗੀਤ ਕਰਾਏ ਹੈਗੇ ਆਪਾਂ। ਵਾਹ ਜੀ ਵਾਹ। ਆਪਣੇ ਦਿੱਲੀ ਦਰਿਆਗੰਜ 'ਚ। ਅੱਛਾ। ਅਤੇ ਮੈਨੂੰ ਐਂ ਦੱਸੋ ਵੀ ਤੁਸੀਂ ਹੋਰ ਵੀ ਜਾ ਕੇ ਪ੍ਰੋਗਰਾਮ ਕਰਦੇ ਹੋ? ਮੈਂ ਪਿੰਡਾਂ 'ਚ ਜਾਂਦਾ, ਸੱਭਿਆਚਾਰਕ ਮੇਲਿਆਂ ਦੇ, ਪੀਰਾਂ ਦੇ ਜਗ੍ਹਾ 'ਤੇ ਜਾਂਦਾ, ਦਰਬਾਰਾਂ 'ਤੇ। ਕੀ ਜਿਹੜਾ ਤੁਹਾਡਾ ਗੁਜ਼ਾਰਾ ਵਧੀਆ ਚੱਲਦਾ? ਹੁਣ ਚੱਲਦਾ ਥੋੜ੍ਹਾ ਥੋੜ੍ਹਾ, ਕਈ ਵਾਰੀ ਨਹੀਂ ਵੀ ਚੱਲਦਾ, ਕਈ ਵਾਰੀ ਪ੍ਰੋਗਰਾਮ ਦੇ ਦੌਰ ਹੁਣ ਬੰਦ ਹੋ ਹੈਗੇ ਆ ਡੀ ਜੇ ਵਗੈਰਾ ਕਰਕੇ। ਬਾਈ ਜੀ, ਫਿਰ ਜਿਵੇਂ ਇੱਕ ਕਲਾਕਾਰ ਨੂੰ ਤੁਸੀਂ ਦੱਸਿਆ ਵੀ ਜਿਹੜੇ ਡੀ ਜੇ ਜ਼ਿਆਦਾ ਚੱਲਣ ਲੱਗ ਗਏ, ਹੈ ਨਾ, ਵੀ ਕਲਾਕਾਰ ਕੋਲ ਪ੍ਰੋਗਰਾਮ ਘੱਟ ਗਏ, ਫਿਰ ਇਹ ਕਿਤੇ ਨਾ ਕਿਤੇ ਤੁਹਾਡੇ ਆਰਥਿਕ ਜੀਵਨ 'ਤੇ ਵੀ ਇਸਦਾ ਅਸਰ ਪੈਂਦਾ? ਹਾਂਜੀ, ਪੈਂਦਾ ਹੀ ਆ। ਫਿਰ ਪ੍ਰੋਗਰਾਮ ਦੇ ਨਾਲ ਬੰਦੇ ਦਾ ਖਰਚ ਪਾਣੀ ਚੱਲਿਆ ਰਹਿੰਦਾ, ਰੋਟੀ ਪਾਣੀ ਰਾਜੇ ਖਾਂਦੇ, ਕਈ ਵਾਰੀ ਨਹੀਂ ਪ੍ਰੋਗਰਾਮ ਲੱਗਦੇ ਫਿਰ ਥੋੜ੍ਹੀ ਮੁਸ਼ਕਲ ਆ ਜਾਂਦੀ ਆ। ਸੀਡੀਆਂ ਵੀ ਭਾਅ ਜੀ ਜ਼ਿਆਦਾ ਨਿਕਲਣੀਆਂ ਬੰਦ ਹੋ ਗਈਆਂ, ਆਡੀਓ ਬੰਦ ਹੋ ਗਈਆਂ ਜੀ। ਅੱਗੇ ਆਡੀਓ ਦੇ ਪੈਸੇ ਮਿਲ ਜਾਂਦੇ ਸਿੰਗਰਾਂ ਨੂੰ, ਕਿਉਂਕਿ ਹੁਣ ਪਾਇਰੇਸੀ ਨੇ ਕਿਤੇ ਨਾ ਕਿਤੇ ਜਗ੍ਹਾ ਲੈ ਲਈ। ਇਹਨਾਂ ਵੇਲੇ ਆਪਾਂ ਨੂੰ ਕਲਾਕਾਰਾਂ ਨੂੰ ਵੀ ਘਾਟਾ ਪੈਂਦਾ, ਮਿਊਜ਼ਿਕ ਕੰਪਨੀ ਨੂੰ ਵੀ ਘਾਟਾ ਪੈਂਦਾ, ਸੰਗੀਤਕਾਰ ਜਿਹੜੇ ਸੰਗੀਤ ਬਣਾਉਂਦੇ ਗੀਤਾਂ ਦੇ ਉਹਨਾਂ ਨੂੰ ਵੀ ਘਾਟਾ ਪੈਂਦਾ ਭਾਈ। ਮੈਂ ਕਹਿੰਦਾ ਵੀ ਜ਼ਿਆਦਾ ਆਪਾਂ ਸੀਰੀਅਸ ਜੇ ਹੋ ਗਏ ਇਹਨਾਂ ਗੱਲਾਂ ਕਰਦੇ ਕਰਦੇ, ਠੀਕ ਹੈ, ਅਤੇ ਕੋਈ ਰੂਹ ਦੀ ਗੱਲਬਾਤ ਹੋ ਜੇ, ਕੋਈ ਦਿਲ ਦੀ ਗੱਲ ਜੀ ਹੋ ਜੇ, ਸਵਾਦ ਆ ਕਰ ਦਿੰਦੇ, ਲਿਆਓ ਸੁਣਾਓ ਫਿਰ। ਜਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ, ਹੋਏ ਪਿਆਸੇ ਖੂਨ ਦੇ ਵਈ ਭਾਈ ਭਾਈ, ਉਹ ਕੀਤੀ ਇਲਤਫ ਰੰਗੀਆਂ ਕੀ ਬਾਤ ਆ ਪਾਣਾ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਹਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ। ਇੱਥੇ ਭਾਈ ਬਣ ਗਏ ਨੇ ਭਾਈਆਂ ਦੇ ਵੈਰੀ, ਕੌਡੇ ਰਾਕਸ਼ ਜੰਮ ਪਏ ਤੇ ਬਲੀ ਕੰਧਾਰੀ, ਉਹ ਚੋਰਾਂ ਨੇ ਗੜ ਪਾ ਲਿਆ ਸਾਦਾ ਦਾ ਬਾਣਾ,
ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਰਪੰਚ ਸਾਹਿਬ ਹੈ ਸਾਥੋਂ ਬਾਬਾ ਪੂਰਾ ਜਿੱਕ ਲੱਗਿਆ ਕੀ ਹਾਲ ਨਨਕਾਣਾ ਬਾਹਰ ਬਾਈ ਧੁੱਪੇ ਤਾਂ ਨਾ ਸਿਰ ਮੱਚਣ ਲੱਗ ਗਿਆ ਠੀਕ ਆ ਦੋ ਘੜੀ ਬਹਿ ਜੀ ਬੈਠੋ 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 ਠੰਡਾ ਬਹੁਤ ਆ ਦਰਵਾਜ਼ਾ ਬਾਈ ਦਰਵਾਜ਼ਾ ਭਾਜੀ ਵੀ ਸਾਂਝਾ ਜਿਹਾ ਦਰਵਾਜ਼ਾ ਆ ਸਿਆਣੇ ਨੇ ਜਿਹੜੇ ਬਣਾਏ ਉਹ ਇਸ ਹਿਸਾਬ ਨਾਲ ਬਣਾਏ ਵਾ ਵੀ ਇੱਥੇ ਠੰਡ ਰਹੇ ਭਾਜੀ ਮੈਨੂੰ ਐਂ ਦੱਸੋ ਵੀ ਜਿਹੜਾ ਤੁਹਾਡੇ ਪਿੰਡ 'ਚ ਕਾਹਦੀ ਕਾਹਦੀ ਖੇਤੀ ਕਰਦੇ ਜ਼ਿਆਦਾਤਰ ਖੇਤੀਬਾੜੀ ਇੱਥੇ ਗੋਭੀ ਦੀ ਹੁੰਦੀ ਆ ਗਾਜਰਾਂ ਮਟਰ ਉਸ ਤੋਂ ਇਲਾਵਾ ਮੂਲੀਆਂ ਬਾਈ ਜੀ ਖੇਤੀ ਤੋਂ ਮੈਨੂੰ ਯਾਦ ਆਇਆ ਕੋਈ ਵੀ ਕਿਸਾਨ ਵੀਰ ਹੋਵੇ ਜਿਹਨੇ ਜਿਹੜੀ ਖੇਤੀ ਆ ਬਹੁਤ ਵੱਖਰੇ ਢੰਗ ਨਾਲ ਕਰੀ ਹੋਵੇ ਜਾਂ ਖੇਤੀ 'ਚ ਬਹੁਤ ਵੱਖਰੇ ਤਰੀਕੇ ਨਾਲ ਉਪਲਬਧੀ ਹਾਸਲ ਕੀਤੀ ਹੋਵੇ ਕੋਈ ਨਵੀਂ ਕਾਢ ਕੱਢ ਕੇ ਹਾਂਜੀ ਹਾਂਜੀ ਤਾਂ PTC ਨਿਊਜ਼ ਉਹਨਾਂ ਦੀਆਂ ਸਕਸੈਸ ਸਟੋਰੀਜ਼ 'ਚ ਲਾਓ ਜੇ ਕੋਈ ਕਿਸਾਨ ਵੀਰ ਆਪਣੇ ਪਿੰਡ 'ਚ ਵੀ ਹੋਵੇ ਉਹਨਾਂ ਨੂੰ ਕਿਹੋ ਵੀ PTC ਨਿਊਜ਼ ਦੇ ਜਿਹੜਾ ਐਡਰੈਸ ਆ ਉਹ 'ਤੇ ਆਪਦੀ ਸਕਸੈਸ ਸਟੋਰੀ ਭੇਜ ਦੇਣਗੇ ਉਹਨਾਂ ਦਾ ਜਿਹੜਾ ਐਡਰੈਸ ਹੈ ਨਾ ਬਾਈ ਜੀ ਉਹ ਹੈ PTC ਪੰਜਾਬੀ GNEXT ਮੀਡੀਆ ਪ੍ਰਾਈਵੇਟ ਲਿਮਿਟਿਡ 78 ਓਖਲਾ ਇੰਡਸਟਰੀਅਲ ਏਰੀਆ ਫੇਸ 3 ਨਵੀਂ ਦਿੱਲੀ 110020 ਜੇ ਕਿਸੇ ਕਿਸਾਨ ਵੀਰ ਨੂੰ ਖੇਤੀਬਾੜੀ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਉਹ ਮਹਿੰਦਰਾ ਦੇ ਟੋਲ ਫਰੀ ਨੰਬਰ ਜਾਂ ਉਹਨਾਂ ਦੀ ਵੈਬਸਾਈਟ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ ਭਾਅ ਜੀ ਫਿਰ ਆਪਾਂ ਹੁਣ ਚੱਲੀਏ ਬਿਲਕੁਲ ਜੀ ਬਿਲਕੁਲ ਹੈਂ ਦੇਖੀਏ ਪਿੰਡ ਬਾਕੀ ਵੀ ਹਾਂਜੀ 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 ਵਾਹ ਜਿੱਤ ਗਏ ਸਵਾਦ ਲਿਆਤਾ ਜੀ ਸਵਾਦ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਤੁਸੀਂ ਸੁਣਾਓ ਮੇਰਾ ਨਾਮ ਮਨੀ ਹੈ ਜੀ ਤੁਹਾਡਾ ਨਾਮ ਸਤਨਾਮ ਸਿੰਘ ਹੈ ਜੀ ਮੇਰਾ ਨਾਮ ਵਾਹ ਜੀ ਵਾਹ ਹਾਂਜੀ ਹਾਂਜੀ ਇਹਨਾਂ ਦੀ ਦੇਖ ਰੇਖ ਵਿੱਚ ਜਿਹੜੀ ਆ ਰਸਾ ਕਸੀ ਦਾ ਪ੍ਰੋਗਰਾਮ ਹੁੰਦਾ ਜੀ ਅੱਛਾ ਜੀ ਹਾਂਜੀ ਬਾਈ ਜੀ ਮੈਂ ਰਸਾ ਕਸੀ ਦਾ ਬਹੁਤ ਦੇਖੀ ਹੈ ਹਾਂਜੀ ਪਰ ਆ ਜਿਹੜੀ ਬਜ਼ੁਰਗਾਂ ਦੀ ਫੌਜ ਤਿਆਰ ਕਰੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਦੇ ਨੌਜਵਾਨ ਨੂੰ ਮੋਟੀਵੇਸ਼ਨ ਦੀ ਲੋੜ ਹੈ ਬਿਲਕੁਲ ਤੇ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਆਪਣੇ ਜਿਹੜੇ ਸਾਡੇ ਬਜ਼ੁਰਗ ਹੈ ਇਹਨਾਂ ਤੋਂ ਸੇਧਾਂ ਲਈਏ ਵਾਹ ਜੀ ਵਾਹ ਰਸਾ ਕਸੀ ਲਈ ਇਸ ਲਈ ਇਹਨਾਂ ਨੂੰ ਚੁਣਿਆ ਗਿਆ ਵੀ ਇਹਨਾਂ ਨੂੰ ਦੇਖ ਕੇ ਉਹਨਾਂ ਨੂੰ ਹੌਸਲਾ ਹੋਵੇ ਨੌਜਵਾਨਾਂ ਦੀ ਰਸਾ ਕਸੀ ਤੇ ਆਹ ਰਸਾ ਕਸੀ 'ਚ ਕੀ ਫਰਕ ਹੈ ਇਹਨਾਂ ਦੇ ਵਿੱਚ ਖਾਸ ਗੱਲ ਇਹ ਆ ਵੀ ਇਹਨਾਂ 'ਚ ਸਹਿਣਸ਼ੀਲਤਾ ਵੱਧ ਹੈ ਅੱਜ ਦੇ ਨੌਜਵਾਨ ਦੇ ਵਿੱਚ ਉਹਦੀ ਘਾਟ ਹੈ ਠੀਕ ਹੈ ਜੀ ਇਹਨਾਂ ਤੋਂ ਮੋਟੀਵੇਸ਼ਨ ਉਹ ਲੈ ਸਕਦੇ ਆ ਵੀ ਪਹਿਲੀ ਗੱਲ ਤਾਂ ਖੁਰਾਕਾਂ ਵਧੀਆ ਖਾਓ ਖੁਰਾਕਾਂ ਵਧੀਆ ਖਾਵਾਂਗੇ ਤਾਂ ਹੀ ਅਸੀਂ ਜ਼ੋਰ ਅਜਮਾਇਸ਼ ਕਰ ਸਕਦੇ ਹਾਂ ਮਤਲਬ ਦੋ ਗੱਲਾਂ ਮੇਨ ਹੈ ਰਸਾ ਕਸੀ ਦੇ ਵਿੱਚ ਇੱਕ ਜ਼ੋਰ ਅਜਮਾਇਸ਼ ਤੇ ਇੱਕ ਧਿਆਨ ਕੇਂਦਰਿਤ ਕਰਨਾ ਜਿਹੜੀ ਮੇਨ ਲੋੜ ਹੈ ਜੀ ਇਹਨਾਂ ਬਾਬਿਆਂ ਨੂੰ ਰਸਾ ਕਸੀ ਕਰਦੇ ਵੇਖ ਕੇ ਇੰਜ ਲੱਗਿਆ ਜਿਵੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹੋਣ ਇੱਥੇ ਨਾਲੇ ਜ਼ੋਰ ਅਜ਼ਮਾਇਸ਼ ਵੀ ਹੋ ਜਾਂਦੀ ਹੈ ਤੇ ਮਨੋਰੰਜਨ ਵੀ ਵਰਜਿਸ਼ ਦੇ ਨਾਲ ਨਾਲ ਖਾਧੀਆਂ ਖੁਰਾਕਾਂ ਦਾ ਪਤਾ ਲੱਗ ਜਾਂਦਾ ਹੈ ਪਿੰਡਾਂ ਦੇ ਇਹ ਲੋਕ ਹਮੇਸ਼ਾ ਖੁਸ਼ੀ ਦੇ ਪਲ ਲੱਭ ਹੀ ਲੈਂਦੇ ਹਨ ਰੱਬ ਕਰੇ ਇਹ ਲੋਕ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਚਲੋ ਮੈਂ ਇਜਾਜ਼ਤ ਲੈਣਾ ਬਾਈ ਜੀ ਹੁਣ ਸਤਿ ਸ਼੍ਰੀ ਅਕਾਲ ਤੇ ਤੁਸੀਂ ਆਪਣੀ ਖੇਡ ਕੰਟੀਨਿਊ ਰੱਖੋ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਬਜ਼ੁਰਗੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਆਓ ਜੀ ਕੀ ਹਾਲ ਚਾਲ ਹੈ ਬਾਈ ਜੀ ਇਹ ਸਾਡੇ ਹੰਸ ਰਾਜ ਜੀ ਲੰਬੜਦਾਰ ਨੇ ਅੱਛਾ ਜੀ ਅੱਛਾ ਇਹ ਉਹਨਾਂ ਬਾਰੇ ਜ਼ਿਆਦਾ ਜਾਣਦੇ ਹੈਗੇ ਆ ਅੱਛਾ ਜੀ ਇਹਨਾਂ ਨੂੰ ਤੁਸੀਂ ਗੱਲ ਕਰ ਬਾਈ ਜੀ ਉਹਨੀ ਦੱਸ ਰਹੇ ਸੀ ਵੀ ਕੋਈ ਸੰਤ ਸਿੰਘ ਜੀ ਨੇ ਜਿਹਨਾਂ ਦੀ ਇਹ ਜਗ੍ਹਾ ਇਹ ਕੀ ਮਤਲਬ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਉਹਨਾਂ ਬਾਰੇ ਸਰ ਉਹ ਪੇਸ਼ੇ ਵੱਲੋਂ ਇੰਜੀਨੀਅਰ ਸੀ ਸਰ ਅੱਛਾ ਜੋ ਕਿ ਅੰਗਰੇਜ਼ ਸਰਕਾਰ ਵੇਲੇ ਰੋਪੜ ਦਾ ਪੁਲ ਬਣਿਆ ਹੋਇਆ ਹੈ ਹਾਂਜੀ ਉਹ ਪੁਲ ਇਹਨਾਂ ਦੇ ਹੀ ਥਰੂ ਬਣਿਆ ਹੋਇਆ ਹੈ ਉਸ ਪੁਲ ਤੋਂ ਖੁਸ਼ ਹੋ ਕੇ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ ਇੱਕ ਹੋਰ ਸਰ ਉਹਨਾਂ 'ਚ ਸਿਖਾ ਸੀ ਉਹ ਇੱਕ ਬਹੁਤ ਦਿਆਲੂ ਅਤੇ ਨੇਕ ਦਿਲ ਇਨਸਾਨ ਸੀ ਉਹਨਾਂ ਦਾ ਇੰਨਾ ਨੇਕ ਦਿਲ ਸੀ ਕਿ ਸਾਡੇ ਪਿੰਡ ਦੇ ਕੁਛ ਇਨਸਾਨਾਂ ਨੂੰ ਉਹਨੀਂ 6-6 ਕਨਾਲ 4-4 ਕਨਾਲ ਜਗ੍ਹਾ ਵੀ ਦਾਨ ਵਜੋਂ ਦਿੱਤੀ ਵਾਹ ਜੀ ਵਾਹ ਅੱਜ ਕੱਲ੍ਹ ਕੌਣ ਦਾਨ ਦਿੰਦਾ ਬਾਈ ਜੀ ਜੀ ਸਰ ਜੀ ਅੱਜ ਕੱਲ੍ਹ ਤਾਂ ਵੱਟਾਂ ਪਿੱਛੇ ਲੜਨ ਵਾਲੇ ਨੇ ਜੀ 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 ਹਰ ਕਿਸੇ ਨੂੰ ਆਪਣੀ ਜ਼ਮੀਨ ਦਾਨ ਦੇ ਤੌਰ 'ਤੇ ਦੇ ਦੇਣੀ ਬਹੁਤ ਵੱਡੀ ਇਹ ਤਾਂ ਉਹਨਾਂ ਦੀ ਸੋਚ ਨੂੰ ਸਲਾਮ ਹੈ ਸਰ ਇਸੇ ਕਰਕੇ ਜਦੋਂ ਉਹਨਾਂ ਦਾ ਅੰਤਿਮ ਦਿਨ ਆਇਆ ਤਾਂ ਸਾਰੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਇਸੇ ਜਗ੍ਹਾ 'ਤੇ ਕੀਤਾ ਗਿਆ ਜੋ ਸਮਾਰਕ ਬਣਾਈ ਗਈ ਹੈ ਪੀੜ੍ਹੀਆਂ ਇਹਨਾਂ ਤੋਂ ਸੰਦੇਸ਼ ਲੈਣ ਕਿ ਸਾਨੂੰ ਵੀ ਨੇਕ ਦਿਲ ਇਨਸਾਨ ਬਣਨਾ ਚਾਹੀਦਾ ਹੈ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਕੰਮ ਕਰਨੇ ਚਾਹੀਦੇ ਆ
ਸੰਤ ਸਿੰਘ ਜੀ ਜੋ ਇੱਕ ਬੜੇ ਵੱਡੇ ਸਮਾਜ ਸੇਵੀ ਹੋਏ ਹਨ। ਤਕਰੀਬਨ 100-150 ਸਾਲ ਪਹਿਲਾਂ ਜਦੋਂ ਲੋਕ ਰੋਜ਼ੀ ਰੋਟੀ ਤੋਂ ਤੰਗ ਸਨ ਤਾਂ ਉਹਨਾਂ ਨੇ ਅਨੇਕ ਗਰੀਬ ਪਰਿਵਾਰਾਂ ਦੀ ਸੇਵਾ ਕੀਤੀ। ਉਹਨਾਂ ਦੀ ਮਹਾਨ ਸੋਚ ਅਤੇ ਨੇਕ ਇਰਾਦੇ ਸਦਕਾ ਸਾਰਾ ਪਿੰਡ ਉਹਨਾਂ ਨੂੰ ਯਾਦ ਕਰਦਾ ਹੈ। ਨੇਕ ਅਤੇ ਦਿਆਲ ਸੁਭਾਅ ਕਾਰਨ ਹੀ ਸੰਤ ਸਿੰਘ ਜੀ ਅੱਜ ਸਾਡੇ ਦਿਲਾਂ ਵਿੱਚ ਜਿਉਂਦੇ ਹਨ। ਮੇਰਾ ਤਾਂ ਜੀ ਸਲਾਮ ਹੈ ਸੀ ਸ਼ਖਸੀਅਤ ਨੂੰ ਅਤੇ ਮੈਂ ਹੁਣ ਇਜਾਜ਼ਤ ਲੈਣਾ ਬਾਈ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਚੰਗਾ ਲੱਗਿਆ ਜੀ ਮਿਲ ਕੇ। ਯੂਥ ਦਾ ਧਿਆਨ ਇੱਧਰ ਉੱਧਰ ਜਾਊਗਾ ਤਾਂ ਪੁੱਠੇ ਕੰਮਾਂ 'ਚ ਪੈ ਸਕਦੇ ਨੇ। ਜਦੋਂ ਤੁਸੀਂ ਸਪੋਰਟਸ ਦੇ ਵਿੱਚ ਲਾਇਆ, ਸਪੋਰਟਸ ਦੀ ਲਿਵ ਹੀ ਕਿਹੋ ਜਿਹੀ ਹੈ ਕਿ ਬੰਦਾ ਡਿਫਰੈਂਟ ਜ਼ੋਨ ਦਾ ਬੰਦਾ ਹੋ ਜਾਂਦਾ। ਮੈਂ ਖੁਦ ਪਲੇਅਰ ਰਿਹਾ, ਇਸ ਕਰਕੇ ਮੈਂ ਉਹਨਾਂ ਦੇ ਵਿੱਚ ਖੇਡਦਾ ਰਿਹਾ ਖੁਦ, ਤਾਂ ਕਿ ਮੁੰਡਿਆਂ ਨੂੰ ਮੈਂ ਗਾਈਡ ਕਰ ਸਕਾਂ। ਮੇਰੇ ਪਿੰਡ ਦੀਆਂ ਗਲੀਆਂ, ਮੇਰੇ ਪਿੰਡ ਦੀਆਂ ਗਲੀਆਂ, ਕਿੱਥੇ ਚੱਲੇ ਹੁਣ ਆਪਾਂ? ਖੰਡ ਦੀਆਂ ਜਲੇਬੀਆਂ ਤੁਸੀਂ ਜ਼ਰੂਰ ਦੇਖੀ ਹੋਣਗੀਆਂ, ਪਰ ਅੱਜ ਤੁਹਾਨੂੰ ਗੁੜ ਵਾਲੀਆਂ ਜਲੇਬੀਆਂ ਪਿੰਡ ਦੀਆਂ ਦਿਖਾ ਦਿਓ। ਸਹੀ ਗੱਲ ਹੈ। ਉਹ ਵੀਰ ਖਵਾ ਫਿਰ ਜਲੇਬੀ, ਗੁੜ ਵਾਲੀ ਹੈ। ਅੱਧਾ ਕਿਲੋ ਕਰ ਦੇ ਗੁੜ ਵਾਲੀਆਂ ਭਾਜੀ। ਅੱਧਾ ਕਿਲੋ ਕਿਉਂ, ਕਿਲੋ ਹੀ ਕਰ ਦੇ, ਕਿਲੋ ਖਾ ਜਾਵਾਂਗੇ। ਲਓ ਜੀ ਕਿਲੋ। ਲਓ ਜੀ। ਕਿੰਨਾ ਟਾਈਮ ਹੋ ਗਿਆ ਮੇਰਾ ਵੀਰ ਤੈਨੂੰ ਬਣਾਉਂਦੇ? ਭਾਜੀ ਹੋ ਗਿਆ 15 ਸਾਲ ਹੋ ਗਏ ਭਾਜੀ। ਬੱਲੇ ਬੱਲੇ 15 ਸਾਲ ਪਹਿਲਾਂ ਕੋਈ ਹੋਰ ਵੀ ਸੀ ਖਾਨਦਾਨ 'ਚ ਜਿਹੜਾ ਬਣਾਉਂਦਾ ਸੀ ਜਲੇਬੀ? ਹਾਂਜੀ, ਸਾਡੇ ਡੈਡੀ ਜੀ ਬਣਾਉਂਦੇ ਸੀਗੇ ਜੀ। ਫਿਰ ਕਿੰਨੇ ਕੁ ਗਾਹਕ ਲਾ ਜਾਂਦੇ ਦਿਨ 'ਚ? ਭਾਜੀ ਕੰਮ ਚੱਲਦਾ ਬਹੁਤ ਵਧੀਆ ਭਾਈ, ਕਿਰਪਾ ਰੱਬ ਦੀ। ਭਾਈ ਤੂੰ ਆ ਗੁੜ ਵਾਲੀ ਜਲੇਬੀ ਉਹ ਕਿਉਂ ਬਣਾਉਂਦਾ ਯਾਰ? ਭਾਈ ਗੁੜ ਵਾਲੀ ਜਲੇਬੀ ਮਸ਼ਹੂਰ ਆ ਸਾਡੀ ਪਿੰਡ ਵਿੱਚ। ਆਹਾ, ਤੇ ਪਿੰਡ ਵਿੱਚ ਲੋਕ ਬਹੁਤ ਖਾਂਦੇ ਸਾਡੀ ਜਲੇਬੀਆਂ। ਫਿਰ ਮੈਨੂੰ ਤਾਂ ਲੱਗਦਾ ਸ਼ਾਮ ਨੂੰ ਤੇਰੇ ਕੋਲ ਸਾਰਾ ਪਿੰਡ ਆ ਜਾਂਦਾ ਹੋਣਾ ਜਲੇਬੀਆਂ। ਮੈਂ ਭਾਈ ਪੂਰਾ ਪਿੰਡ ਆ ਜਾਂਦਾ ਭਾਜੀ। ਲਿਆ ਮੇਰਾ ਵੀਰ ਖਵਾ ਜਲੇਬੀਆਂ ਫਿਰ। ਲਓ ਭਾਜੀ, ਲਓ ਭਾਜੀ। ਹਰ ਪਿੰਡ ਵਿੱਚ ਮੈਨੂੰ ਕੁਝ ਨਾ ਕੁਝ ਵੱਖਰਾ ਖਾਣ ਨੂੰ ਮਿਲ ਹੀ ਜਾਂਦਾ। ਇੱਥੇ ਮਿਲੀਆਂ ਗੁੜ ਦੀਆਂ ਜਲੇਬੀਆਂ, ਜਿਹੜਾ ਸੁਣਨ 'ਚ ਹੀ ਇੰਨਾ ਚੰਗਾ ਲੱਗ ਰਿਹਾ ਉਹ ਖਾ ਕੇ ਕਿੰਨਾ ਸਵਾਦ ਹੋ। ਬਈ ਮੈਂ ਤਾਂ ਨਹੀਂ ਰਿਹਾ ਜਾਂਦਾ ਹੁਣ, ਆਪਾਂ ਤਾਂ ਲੱਗੇ ਹਾਂ ਖਾਣ ਗਰਮਾ ਗਰਮ ਗੁੜ ਦੀਆਂ ਜਲੇਬੀਆਂ। ਭਾਈ ਕਿੰਨੇ ਹੋ ਗਏ? ਭਾਈ ਤੁਸੀਂ ਸਾਡੇ ਮਹਿਮਾਨ ਆ ਪਿੰਡ 'ਚ, ਭਾਈ ਪੈਸੇ ਨਹੀਂ ਲੈਣੇ ਭਾਜੀ। ਸਰਪੰਚ ਸਾਹਿਬ ਬੜੀ ਚੜ੍ਹਾਈ ਹੈ, ਹੈ ਮਤਲਬ ਜਿੱਥੇ ਸਰਪੰਚ ਸਾਹਿਬ ਕਹਿਣ ਉੱਥੇ ਪੈਸੇ ਨਹੀਂ ਲੈਣੇ? ਅੱਖ ਨਾਲ ਤਾਂ ਨਹੀਂ ਭਾਈ ਨੂੰ ਸਮਝਾਉਂਦਾ? ਅੱਖ ਨਾਲ ਨਹੀਂ ਮਾਰਾ ਜੀ। ਨਹੀਂ ਨਹੀਂ, ਵਾਹ ਜੀ ਵਾਹ, ਜਿਉਂਦਾ ਰਹਿ ਮੇਰੇ ਵੀਰੇ, ਸਵਾਦ ਲਿਆਦਾ ਜਲੇਬੀਆਂ ਨੇ ਤੇਰੀਆਂ। ਥੈਂਕ ਯੂ। ਵਾਹ ਜੀ ਵਾਹ, ਥੈਂਕ ਯੂ ਵੀਰੇ। ਥੈਂਕ ਯੂ ਭਾਜੀ। ਭਾਜੀ ਕਿਆ ਬਾਤ ਹੈ, ਗੁੜ ਦੀ ਜਲੇਬੀ। ਬਾਈ ਜੀ ਸਤਿ ਸ਼੍ਰੀ ਅਕਾਲ। ਬਹੁਤ ਕਮਾਲ ਦੀ ਇਹ ਸੋਚ ਹੈ ਬਾਈ ਜੀ, ਇਹ ਤੁਹਾਡੇ ਮਾਈਂਡ 'ਚ ਕਿੱਦਾਂ ਆਇਆ ਬਾਈ ਜੀ ਵੀ ਇਹ ਸਾਰਾ ਕੁਛ ਹੋਣਾ ਚਾਹੀਦਾ? ਐਕਚੁਅਲੀ ਮੈਂ 15-16 ਸਾਲ ਤੋਂ ਦੁਬਈ 'ਚ ਹਾਂ। ਅੱਛਾ, ਵਿਦ ਫੈਮਿਲੀ। ਪਿਛਲੇ ਸਾਲ 2015 'ਚ ਅਗਸਤ 'ਚ ਮੈਂ, ਜੁਲਾਈ 'ਚ ਆਇਆ ਸੀ। ਅੱਛਾ ਜੀ। ਅਤੇ ਅਗਸਤ ਦੇ ਵਿੱਚ ਮੈਂ ਗਰਾਊਂਡ ਨੂੰ ਸੈੱਟ ਕੀਤਾ। ਗਰਾਊਂਡ 'ਚ ਮਤਲਬ ਐਡੇ ਐਡੀ ਭੰਗ ਹੋਈ ਸੀ, ਬੂਟੀ ਹੋਈ ਸੀ। ਅੱਛਾ ਜੀ। ਇਹਨੂੰ ਮੁੰਡਿਆਂ ਨੇ ਸਾਥ ਦਿੱਤਾ ਪਿੰਡਿਆਂ ਨੇ, ਅਤੇ ਗਰਾਊਂਡ ਬਣਾਈ। ਵਾਹ ਜੀ ਵਾਹ। ਕਿਉਂਕਿ ਮੁੰਡੇ ਗਲੀਆਂ ਦੇ ਵਿੱਚ ਖੜ੍ਹੇ ਰਹਿੰਦੇ ਸੀ ਹਰ ਟਾਈਮ, ਅਤੇ ਉਹਨਾਂ ਨੂੰ ਮੈਂ ਗਰਾਊਂਡ 'ਚ ਲੈ ਕੇ ਆਇਆ। ਯੂਥ ਦਾ ਧਿਆਨ ਹੈ, ਇੱਧਰ ਉੱਧਰ ਜਾਊਗਾ ਤਾਂ ਪੁੱਠੇ ਕੰਮਾਂ 'ਚ ਪੈ ਸਕਦੇ ਨੇ। ਜਦੋਂ ਤੁਸੀਂ ਸਪੋਰਟਸ ਦੇ ਵਿੱਚ ਲਾਇਆ, ਸਪੋਰਟਸ ਦੀ ਲਿਵ ਹੀ ਕਿਹੋ ਜਿਹੀ ਹੈ ਕਿ ਬੰਦਾ ਡਿਫਰੈਂਟ ਜ਼ੋਨ ਦਾ ਬੰਦਾ ਹੋ ਜਾਂਦਾ, ਉਹ ਫਿਰ ਜਿਹੜਾ ਇਹਨੂੰ ਖੇਡਣ ਦਾ ਸ਼ੌਂਕ ਪੈ ਜੇ, ਦੈਟਸ ਅ ਵੈਰੀ ਡਿਫਰੈਂਟ ਕਾਈਂਡ ਥਿੰਗ। ਹਾਂਜੀ ਭਾਈ, ਮੈਂ ਖੁਦ ਪਲੇਅਰ ਰਿਹਾ, ਇਸ ਕਰਕੇ ਮੈਂ ਉਹਨਾਂ ਦੇ ਵਿੱਚ ਖੇਡਦਾ ਰਿਹਾ ਖੁਦ, ਤਾਂ ਕਿ ਮੁੰਡਿਆਂ ਨੂੰ ਮੈਂ ਗਾਈਡ ਕਰ ਸਕਾਂ। ਅੱਛਾ ਅੱਛਾ। ਖੇਡਣ ਵਾਸਤੇ ਬਹੁਤ ਚੰਗਾ ਐਫਰਟ ਹੈ ਭਾਜੀ ਇਹ ਤੁਹਾਡਾ, ਅਤੇ ਮੈਂ ਹੁਣ ਇਹਨਾਂ ਦੀ ਥੋੜ੍ਹੀ ਜਿਹੀ ਗੇਮ ਦੇਖ ਲਾਂ। ਹੈਂ, ਵਾਹ ਜੀ ਵਾਹ, ਆਓ ਜੀ ਸਰਪੰਚ ਸਾਹਿਬ ਦੇਖੀ ਗੇਮ, ਬਹੁਤ ਵਧੀਆ ਲੱਗਿਆ ਭਾਜੀ। ਵਾਹ ਜੀ ਵਾਹ। ਆਪਣੇ ਜੋਸ਼ ਤੇ ਜਜ਼ਬੇ ਨਾਲ ਖੇਡਦੇ ਇਹ ਗੱਭਰੂ ਵਕਤ ਦੀ ਹਿੱਕ ਤੇ ਆਪਣੀਆਂ ਨਵੀਆਂ ਪੈੜਾਂ ਪਾਉਣ ਲਈ ਕਾਹਲੇ ਹਨ। ਇਹਨਾਂ ਵਿੱਚੋਂ ਹੀ ਕੁਝ ਖਿਡਾਰੀ ਅੱਗੇ ਵੱਧ ਕੇ ਦੇਸ਼ ਦੀ ਸੇਵਾ ਕਰਨਗੇ। ਸਾਡੇ ਪਿੰਡਾਂ ਨੇ ਸਾਡੇ ਦੇਸ਼ ਨੂੰ ਬਹੁਤ ਮਹਾਨ ਖਿਡਾਰੀ ਦਿੱਤੇ ਹਨ। ਆਪਣੇ ਪਿੰਡਾਂ ਨੂੰ ਸਾਫ਼ ਸੁਥਰਾ ਤੇ ਨੌਜਵਾਨਾਂ ਨੂੰ ਖੇਡ ਵੱਲ ਲਾਉਣ ਵਾਲੇ ਇਸ ਗੱਭਰੂ ਦੀ ਸੋਚ ਨੂੰ ਮੇਰੇ ਵੱਲੋਂ ਸਲਾਮ ਹੈ। ਵਾਹ ਜੀ ਵਾਹ। ਬਾਈ ਜੀ, ਬਾਈ ਜੀ, ਤੁਸੀਂ ਗੇਮ 'ਚ ਜ਼ਿਆਦਾ ਹੀ ਰੁੱਝ ਗਏ ਹੈ। ਬਾਈ ਜੀ ਟਾਈਮ ਹੋ ਗਿਆ ਬਹੁਤ, ਹਨੇਰਾ ਪਈ ਜਾਂਦਾ, ਹੁਣ ਮੈਂ ਚੱਲਿਆ ਘਰਾਂ ਨੂੰ। ਨਹੀਂ ਭਾਅ ਜੀ, ਸਾਡੇ ਭਤੀਜੇ ਦਾ ਕੱਲ੍ਹ ਵਿਆਹ ਆ, ਅੱਜ ਜੱਗ ਨਿਕਲਣੀ ਆ, ਮੇਰੀ ਤੁਹਾਨੂੰ ਰਿਕੁਐਸਟ ਆਵੇ ਅੱਜ ਤੁਸੀਂ ਜੱਗੋ ਦੇਖੋ ਅਤੇ ਨਾਲੇ ਰਾਤ ਮੇਰੇ ਕੋਲ ਰਹੋ।
ਜਾਗੋ ਹਾਂਜੀ ਜਾਗੋ ਫਟਾਫਟ ਲੱਡੂ ਖਵਾਓ ਕਿਲੋ ਰਿਓੜੀਆਂ ਦਰਜਨ ਕੇਲੇ ਉਸੀ ਨਾਲ ਲਿਆਇਆ ਕਿਲੋ ਰਿਓੜੀਆਂ ਦਰਜਨ ਕੇਲੇ ਉਸੀ ਨਾਲ ਲਿਆਇਆ ਹੋ ਜਾਂਦੇ ਹੋਏ ਮੇਰੇ ਬਾਪੂ ਨੇ ਮੇਰੀ ਸੱਸ ਨੂੰ 100 ਦਾ ਨੋਟ ਫੜਾਇਆ ਹੋਏ ਸੱਸ ਮੇਰੀ ਨਿੱਤ ਪੁੱਛਦੀ ਤੇਰਾ ਬਾਪੂ ਫੇਰ ਨਹੀਂ ਆਇਆ ਸੱਸ ਮੇਰੀ ਨਿੱਤ ਪੁੱਛਦੀ ਬਾਪੂ ਫੇਰ ਨਹੀਂ ਆਇਆ ਬਾਪੂ ਫੇਰ ਨਹੀਂ ਆਇਆ ਸੱਸ ਮੇਰੀ ਨਿੱਤ ਪੁੱਛਦੀ ਬਾਪੂ ਫੇਰ ਨਹੀਂ ਆਇਆ ਸੱਸ ਮੇਰੀ ਨਿੱਤ ਪੁੱਛਦੀ ਕੁਛ ਵੀ ਆਇਓ ਸਾਰੇ ਆਇਓ ਆਇਓ ਪੰਜਾਬੀ ਸੱਭਿਆਚਾਰ ਦਾ ਕੀਮਤੀ ਗਹਿਣਾ ਹੈ ਜਾਗੋ ਨਾਨਕਾ ਤੇ ਦਾਦਕਾ ਮੇਲ ਇਕੱਠੇ ਹੋ ਕੇ ਇੱਕ ਦੂਸਰੇ ਨੂੰ ਬੋਲੀਆਂ 'ਚੋਂ ਹਰਾਉਣ ਦੀ ਕੋਸ਼ਿਸ਼ ਕਰਦੇ ਸਾਰੇ ਪਿੰਡ ਦਾ ਚੱਕਰ ਲਾ ਕੇ ਤੇ ਸਭ ਨੂੰ ਆਪਣੀ ਖੁਸ਼ੀ ਵਿੱਚ ਸ਼ਰੀਕ ਹੋਣ ਲਈ ਕਿਹਾ ਜਾਂਦਾ ਹੈ ਪੰਜਾਬੀਆਂ ਦੇ ਇਸ ਰੰਗ ਨੂੰ ਵੇਖ ਤੇ ਆਪਣੀ ਆਪਣੀ ਖੁਸ਼ੀ ਜ਼ਾਹਰ ਕਰਨ ਦੇ ਢੰਗ ਨੂੰ ਵੇਖ ਕੇ ਮੈਂ ਪੰਜਾਬੀ ਵਿਰਸੇ ਦੇ ਹੋਰ ਵੀ ਨੇੜੇ ਹੋ ਗਿਆ ਹਾਂ ਆਪਣੀ ਜ਼ਿੰਦਗੀ ਦੀ ਕਿਤਾਬ 'ਚ ਮੈਂ ਇੱਕ ਹੋਰ ਯਾਦਗਾਰ ਪੰਨਾ ਹਮੇਸ਼ਾ ਲਈ ਲਿਖ ਲਿਆ ਹੈ ਮੈਂ ਜ਼ਿੰਦਗੀ ਦੇ ਇਹ ਵਰਕੇ ਜਦੋਂ ਵੀ ਫੋਲਾਂਗਾ ਇਹ ਮਿੱਠੀਆਂ ਮਿੱਠੀਆਂ ਯਾਦਾਂ ਮੇਰੇ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਆਉਣਗੀਆਂ ਉਹ ਸਾਰੇ ਦਿਨ ਦਾ ਸਫ਼ਰ ਮੈਨੂੰ ਯਾਦ ਆਉਣ ਲੱਗਿਆ ਟ੍ਰੇਨ ਦੇ ਸਫ਼ਰ ਕਰਨ ਦਾ ਅਹਿਸਾਸ ਟਰੈਕਟਰ ਵਾਲੇ ਤੋਂ ਲਿਫਟ ਲੈਣਾ ਬਾਬਿਆਂ ਨਾਲ ਪਿੰਡ ਬਾਰੇ ਗੱਲਾਂ ਕਰਨਾ ਡੇਰੇ ਦੀ ਧਰਤੀ ਨੂੰ ਨਮਸਕਾਰ ਕਰਨਾ ਪੁਰਾਣੀ ਗੁਰੂ ਬਾਣੀ ਦੀ ਟਕਸਾਲ ਵੇਖਣਾ ਪੰਜਾਬੀ ਗਾਇਕੀ ਨੂੰ ਮਾਨਣਾ ਬਾਬਿਆਂ ਨੂੰ ਖੇਡਦੇ ਵੇਖਣਾ ਸਮਾਜ ਸੇਵਕ ਦਾ ਸਮਾਰਕ ਵੇਖਣਾ ਗੁੜ ਦੀਆਂ ਜਲੇਬੀਆਂ ਖਾਣਾ ਫੁੱਟਬਾਲ ਖੇਡਦੇ ਉਹ ਗੱਭਰੂ ਅਤੇ ਜਾਗੋ ਦਾ ਦ੍ਰਿਸ਼ ਮੇਰੇ ਅੱਖਾਂ ਅੱਗੇ ਵਾਰ ਵਾਰ ਆ ਰਿਹਾ ਚਲਦੇ ਜਾਣਾ ਏ ਉਹ ਰਸਤਾ ਰਾਹ ਦਿਖਾ ਰਿਹਾ ਵਿਰਸੇ ਦੀਆਂ ਮਹਿਕਾਂ ਮੇਰੇ ਸਾਹਾਂ ਵਿੱਚ ਰਲੀਆਂ ਮੇਰੇ ਪਿੰਡ ਦੀਆਂ ਗਲੀਆਂ ਮੇਰੇ ਪਿੰਡ ਦੀਆਂ ਗਲੀਆਂ